Şamadan. ਰੇਡੀਓ ਪੰਜਾਬ ਟੂਡੇ ਸੁਣਨ ਵਾਲੇ ਤਮਾਮ ਸਰੋਤਿਆਂ ਨੂੰ ਮੇਰੇ ਵੱਲੋਂ ਯਾਨੀ ਕਿ ਸਵਰਨ ਸਿੰਘ ਦਾ ਨੈਲੀ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਖੁਸ਼ਾਮਦੀਦ। ਅੱਜ ਦਿਨ ਹੈ ਜੀ ਬੁੱਧਵਾਰ, ਤਰੀਕ ਹੈ 26 ਫਰਵਰੀ, ਸ਼ਾਮ ਦੇ 6:30 ਹੋਏ ਨੇ। ਰੋਜ਼ਾਨਾ ਦੀ ਤਰ੍ਹਾਂ ਤੁਸੀਂ ਇਸ ਵਕਤ ਰੇਡੀਓ ਪੰਜਾਬ ਟੂਡੇ ਦੇ ਬਠਿੰਡਾ ਸਟੂਡੀਓ ਤੋਂ ਇਸ ਸਮੇਂ ਸ਼ਮਾਦਾਨ ਪ੍ਰੋਗਰਾਮ ਦੇ ਵਿੱਚ ਲਾਈਵ ਹੋ। ਇਹ ਪ੍ਰੋਗਰਾਮ ਸੋਮਵਾਰ ਤੋਂ ਲੈ ਕੇ ਐਤਵਾਰ ਤੱਕ ਯਾਨੀ ਕਿ ਹਫ਼ਤੇ ਦੇ 7 ਦਿਨ ਇਸ ਸਮੇਂ ਪ੍ਰਸਾਰਿਤ ਕੀਤਾ ਜਾਂਦਾ, ਜਿਸ ਦਾ ਮੁੜ ਪ੍ਰਸਾਰਣ ਰਾਤੀਂ 10:30 ਅਤੇ ਅਗਲੀ ਸਵੇਰ 4:30 ਹੁੰਦਾ। ਪ੍ਰੋਗਰਾਮ ਦੇ ਵਿੱਚ ਖਬਰਾਂ, ਬ੍ਰੇਕਿੰਗ ਨਿਊਜ਼, ਜਿੱਥੋਂ ਦੀ ਵੀ ਘਟਨਾ ਹੋਵੇ ਉੱਥੋਂ ਦੇ ਰਿਪੋਰਟਰ ਸਾਡੇ ਨਾਲ ਜੁੜਦੇ ਨੇ, ਸਾਡੇ ਸਹਿਯੋਗੀ ਜੁੜਦੇ ਨੇ, ਰੇਡੀਓ ਪੰਜਾਬ ਟੂਡੇ ਦੇ ਸ਼ੁਭ ਚਿੰਤਕ ਵੀ ਜੁੜਦੇ ਨੇ, ਸਮਾਜ ਨਾਲ ਜੁੜੇ ਅਹਿਮ ਵਿਅਕਤੀਆਂ ਦੇ ਨਾਲ ਗੱਲਬਾਤ ਹੁੰਦੀ ਹੈ। ਪਟੇਲ ਸਾਹਿਬ, ਸਤਿ ਸ਼੍ਰੀ ਅਕਾਲ ਜੀ। ਪਟੇਲ ਸਾਹਿਬ, ਖਾਲਸਾ ਸਕੂਲ ਦਿੱਲੀ ਦਾ ਮਾਮਲਾ ਕੱਲ ਵੀ ਕਾਫੀ ਡਿਸਕਸ ਕੀਤਾ ਸੀ, ਕੀ ਹੈ ਹੋਰ ਅਪਡੇਟ ਜੀ ਇਹਦੇ ਬਾਰੇ? ਅਪਡੇਟ ਇਹਦੇ ਚ ਜੀ, ਜਥੇਦਾਰ ਸਾਹਿਬ ਨੇ ਆਉਂਦਿਆਂ ਹੀ ਜਿਹੜਾ ਪਾਕਿਸਤਾਨ ਤੋਂ ਕੱਲ ਹੀ ਉਹਨਾਂ ਜਿਹੜਾ ਸੀ ਇੱਕ ਨੋਟਿਸ ਲਿਆ ਸੀ ਦਾ, ਤੇ ਅੱਜ ਉਹਨਾਂ ਨੇ ਇੱਕ ਲੈਟਰ ਦਾਗ ਦਿੱਤੀ ਹੈ ਦਿੱਲੀ ਕਮੇਟੀ ਨੂੰ ਜੀ, ਕਿ ਭਾਈ ਇਹਦਾ ਸਾਰਾ ਰਿਕਾਰਡ ਲੈ ਕੇ ਅਕਾਲ ਤਖ਼ਤ ਤੇ ਪੇਸ਼ ਹੋ ਜੀ। ਉਹਦੇ ਵਿੱਚ ਤਜਿੰਦਰ ਸਿੰਘ ਸਵੀਟਾ ਸੀਗਾ, ਉਹ ਸ਼੍ਰੋਮਣੀ ਕਮੇਟੀ ਦਿੱਲੀ ਕਮੇਟੀ ਮੈਂਬਰ ਆ, ਤੇ ਉਸ ਵਿਅਕਤੀ ਨੇ ਸ਼ਿਕਾਇਤ ਕੀਤੀ ਸੀ ਇੱਥੇ ਅਕਾਲ ਤਖ਼ਤ ਤੇ ਵੀ ਇਹ ਜਿਹੜੀ ਜਾਇਦਾਦ ਗੁਰੂ ਦੀ ਫੁਰਦਬਰਦ ਕੀਤੀ ਜਾ ਰਹੀ ਹੈ ਜੀ। ਉਹਦੇ ਵਿੱਚ ਹੁਣ ਇਹਨਾਂ ਨੇ ਉਹਨੂੰ ਕਿਹਾ, ਮਨਜਿੰਦਰ ਸਿੰਘ ਸਰਸਾ ਨੂੰ ਕਿਹਾ ਤੂੰ ਵੀ ਆ ਵੀ ਆਪਣਾ ਰਿਕਾਰਡ ਲੈ ਕੇ, ਮਨਜੀਤ ਸਿੰਘ ਜੀਕੇ ਨੂੰ ਵੀ ਕਿਹਾ ਜਿਹਦੀ ਬੋਗੋ ਚਿੱਠੀ ਗੱਲ ਕੀਤੀ ਜਾ ਰਹੀ ਲਾ ਕੇ ਤੇ ਉਹ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਿਹਾ ਜੀ, ਤੇ ਅਵਤਾਰ ਸਿੰਘ ਹਿੱਤ ਨੂੰ ਵੀ ਕਿਹਾ ਗਿਆ ਵੀ ਭਾਈ ਤੂੰ ਵੀ ਉੱਥੇ ਆ ਤੇ ਤੂੰ ਵੀ ਇੱਥੇ ਕਬਜ਼ਾ ਕਿਉਂ ਕਰ ਰਿਹਾ ਜੀ। ਬੇਸਿਕਲੀ ਇਹ ਵੇਖੋ ਨਾ ਜੀ, ਪਤਾ ਨੀ ਕਿਉਂ ਇਹੋ ਜਿਹੀਆਂ ਗੱਲਾਂ ਹੁੰਦੀਆਂ, ਜਦੋਂ ਭਾਈ ਰਣਜੀਤ ਸਿੰਘ ਨੇ ਬਕਾਇਦਾ ਤੌਰ ਤੇ ਇਹਨੂੰ ਇਹਨੇ ਅਸਿਡਰ ਕੀਤਾ, ਬਕਾਇਦਾ ਤੌਰ ਤੇ ਐਫੀਡੇਵਿਟ ਦਿੱਤੇ ਇਹਨਾਂ ਨੇ ਆਪਣੇ, ਸਭ ਲਿਖ ਕੇ ਦਿੱਤਾ ਵੀ ਅਸੀਂ ਐਮ ਨੂੰ ਕਰਦੇ ਹਾਂ ਦਿੱਲੀ ਕਮੇਟੀ ਨੂੰ ਜੀ, ਤੇ ਦਿੱਲੀ ਕਮੇਟੀ ਦੇ 51 ਦੇ 51 ਮੈਂਬਰ ਦੇ ਟਰਸਟੀ ਬਣੇ ਬਕਾਇਦਾ ਤੌਰ ਤੇ ਸੁੱਖੋ, ਜਿਹੜਾ ਸੁੱਖੋ ਖਾਲਸਾ ਪ੍ਰਾਇਮਰੀ ਸੋਸਾਇਟੀ ਦੇ। ਅੱਛਾ ਜੀ, ਜੇ ਇੰਨੇ ਬਣਦੇ ਬਾਵਜੂਦ ਵੀ ਤੁਹਾਨੂੰ ਮੈਂ ਦੱਸਦਾ ਅਜੇ ਵੀ ਗੱਲ ਹੁੰਦੇ ਆ ਵੀ ਇੰਨੀ ਹਵਸ ਆ, ਉਹ ਪ੍ਰਾਪਰਟੀ ਜਿਹੜੀ ਕੋਈ ਛੋਟੀ ਪ੍ਰਾਪਰਟੀ ਨੀ ਹੈਗੀ, ਪ੍ਰਾਪਰਟੀ ਦਾ ਅਰਬਾਂ ਖਰਬਾਂ ਰੁਪਏ ਦੀ ਦੱਸੀ ਜਾ ਰਹੀ ਹੈ, ਉਹ ਘੱਟੋ ਘੱਟ 200-250 ਕਰੋੜ ਦੀ ਪ੍ਰਾਪਰਟੀ ਹੈਗੀ ਆ ਜੀ। 3 ਏਕੜ ਜਗ੍ਹਾ ਤੁਹਾਨੂੰ ਪਤਾ ਹਰੀਨਗਰ ਦੇ ਵਿੱਚ ਮੈਣੀ, ਥੋੜੀ ਜਿਹੀ ਗੱਲ ਨਾ ਜੀ, ਨਾ ਨਾ ਨਾ, ਹਰੀਨਗਰ ਤਾਂ ਸਭ ਤੋਂ ਮਾਇਆਪੁਰੀ ਦੇ ਨਾਲ ਦਾ ਏਰੀਆ, ਪੂਰਾ ਮਹਿੰਗਾ ਏਰੀਆ ਜੀ। ਹਾਂਜੀ ਹਾਂਜੀ, ਉਹ ਹੁਣ ਇਹ ਚਾਹੁੰਦੇ ਆ ਵੀ ਸਾਨੂੰ ਜਗ੍ਹਾ ਮਿਲ ਜਾਵੇ, ਮਨਜੀਤ ਸਿੰਘ ਜੀਕੇ ਨੇ ਹੋ ਸਕਦਾ ਵੀ ਗੁੱਡ ਫੇਥ ਤੇ ਲਿਖ ਕੇ ਦਿੱਤਾ ਵੀ ਚਲੋ ਜੀ ਪ੍ਰਬੰਧ ਤੁਸੀਂ ਕਰੋ। ਅਵਤਾਰ ਸਿੰਘ ਕਹਿੰਦੇ ਵੀ ਅਸੀਂ ਤੇ ਪ੍ਰਬੰਧ ਕਰ ਰਹੇ ਨੀ ਉੱਥੇ ਆਪਣੀ ਸੁੱਖੋ ਸੋਸਾਇਟੀ ਵੱਲੋਂ। ਅੱਛਾ ਜੀ, ਤੇ ਪ੍ਰਾਪਰਟੀ ਤੇ ਇਹਨਾਂ ਦੀ ਰਹੇਗੀ, ਉਹ ਦੂਜੇ ਪਾਸੇ ਹੋ ਗਈ, ਪ੍ਰਾਪਰਟੀ ਤਾਂ ਕਿਵੇਂ ਰਹੇਗੀ ਜਦੋਂ ਪ੍ਰਬੰਧ ਤੁਹਾਡੇ ਕਿਵੇਂ ਗਿਆ? ਦਿੱਲੀ ਕਮੇਟੀ ਕੋਲ ਪ੍ਰਬੰਧ ਖੋ ਕੇ ਤੁਸੀਂ ਆਪਣੇ ਕੋਲ ਪ੍ਰਬੰਧ ਲੈ ਰਹੇ ਹੋ ਤੇ ਕਿਤੇ ਗੜਬੜ ਹੈਗੀ ਆ। ਹਾਂਜੀ ਹਾਂਜੀ, ਅਵਤਾਰ ਸਿੰਘ ਹਿੱਤ ਜਿਹੜੇ ਸੀ ਉਹ ਦਿੱਲੀ ਕਮੇਟੀ ਦੇ ਪ੍ਰਧਾਨ ਬਣਨਾ ਚਾਹੁੰਦੇ ਸੀ, ਪਹਿਲਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਮਨਜੀਤ ਸਿੰਘ ਜੀਕੇ ਨੂੰ ਬਣਾ ਦਿੱਤਾ ਤੇ ਉਦੋਂ ਇਹ ਲੋਕ ਰੌਲਾ ਪਾਉਂਦੇ ਸੀ ਕਿ ਜੂਨੀਅਰ ਕਿਉਂ ਬਣ ਜਾਂਦੇ ਤੋਂ। ਹੁਣ ਜਦੋਂ ਮਨਜਿੰਦਰ ਸਿੰਘ ਸਰਸਾ ਬਣਿਆ ਤੇ ਮਨਜਿੰਦਰ ਸਿੰਘ ਸਰਸਾ ਨੇ ਹਿੱਤ ਨੂੰ ਆਪਣੇ ਮਗਰ ਲਾਉਣ ਦੀ ਖਾਤਰ ਉਹਨੂੰ ਪਟਨਾ ਸਾਹਿਬ ਕਮੇਟੀ ਦਾ ਪ੍ਰਧਾਨ, ਬਿਲਕੁਲ ਉਹਦੇ ਨਾਲ ਇਹਨਾਂ ਦੀ ਅੰਡਰਸਟੈਂਡਿੰਗ ਹੋ ਗਈ।
ਅਜੇ ਤੱਕ ਤੁਸੀਂ ਵੇਖੋ ਵੀ ਉਹਨੇ ਸਿਰਸੇ ਦੇ ਖਿਲਾਫ਼ ਕੋਈ ਬਿਆਨ ਨਹੀਂ ਦੱਸਿਆ ਟਿਕੇ ਹਿੱਤ ਨੇ, ਲੇਕਿਨ ਆਹ ਜਿਹੜਾ ਸੁੱਖੋ ਖਾਲਸਾ ਪ੍ਰੈਮੀ ਐਜੂਕੇਸ਼ਨ ਸਕੂਲ ਆ, ਇਹਨੂੰ ਸੋਸਾਇਟੀ ਨੂੰ ਲੈ ਕੇ, ਇਹਦੇ ਸਕੂਲ ਨੂੰ ਲੈ ਕੇ, ਤੇ ਇਹ ਹੁਣ ਜਿਹੜੀ ਆਪਸੇ ਆਹਮੋ ਸਾਹਮਣੇ ਜ਼ਰੂਰ ਹੋਏ ਆ ਜੀ, ਗਾਲੋ ਗਾਲ ਵੀ ਹੋਏ ਆ, ਬਲਿੰਦਰ ਸਿੰਘ ਭੂੰਦਰ ਦੇ ਘਰ ਵੀ ਇਹਨਾਂ ਦੀ ਲੜਾਈ ਹੋਈ ਆ, ਜੱਜ ਦੇ ਸਾਹਮਣੇ ਵੀ ਹੋਏ ਆ, ਤੇ ਜੱਜ ਨੇ ਫੈਕਲਟੀ ਚੀਫ ਪਾਤੀ ਕਿ ਮੀਟਿੰਗ ਤੇ ਆਏ ਹੋ ਤੁਸੀਂ ਜੀ। ਮਤਲਬ ਮੇਰਾ ਕਹਿਣ ਤੋਂ ਭਾਵ ਵੀ ਹੁਣ ਵਕਾਰ ਆ, ਬਲਜਿੰਦਰ ਸਿੰਘ ਸਿਰਸੇ ਦਾ ਦਾਅ ਵਕਾਰ ਤੇ ਲੱਗਾ, ਜੇ ਕਿਤੇ ਖੁਦਾ ਨਾ ਖਾਸਤਾ ਇਹ ਉਹਦੇ ਤੇ ਸਕੂਲ ਤੇ ਕਬਜ਼ਾ ਕਰਨ ਵਿੱਚ ਕਾਮਯਾਬ ਹੋ ਗਿਆ ਹਿੱਤ, ਤੇ ਫਿਰ ਮਨਜਿੰਦਰ ਸਿੰਘ ਸਿਰਸੇ ਦੀ ਜਿਹੜਾ ਵਾ ਉਹ ਕੋਈ ਢੋਈ ਨੀ ਮਿਲਣੀ, ਇੱਕ ਸੰਗਤਾਂ ਦੇ ਵਿੱਚ ਦਿੰਦੇ ਗਲਤ ਮੈਸੇਜ ਜਾਵੇਗਾ ਕਿ ਇਹਨੇ ਜਾਣ ਕੇ ਕਬਜ਼ਾ ਕਰਾਇਆ ਉਹਦੇ ਤੇ। ਇਸ ਕਰਕੇ ਸਿਰਸਾ ਚਾਹੁੰਦਾ ਕਿ ਇਹ ਸਕੂਲ ਦੀ ਪ੍ਰਾਪਰਟੀ ਆ ਉਹ ਕਮੇਟੀ ਦੀ ਕਮੇਟੀ ਦੀ ਰਹੇ ਜੀ। ਤੇ ਹੁਣ ਜਥੇਦਾਰ ਨੇ ਕਹਿਤਾ ਜੀ 5 ਤਰੀਕ ਨੂੰ ਸਵੇਰੇ 11 ਵਜੇ 10 ਵਜੇ ਤੁਸੀਂ ਜਿਹੜੇ ਆ ਇਹ ਤਿੰਨੇ ਵਿਅਕਤੀ ਜਿਹੜੇ ਆ ਉਹ ਆਪਣਾ ਸਾਰਾ ਸਾਜੋ ਸਮਾਨ ਲੈ ਕੇ ਜੋ ਤੁਹਾਡੇ ਕੋਲ ਰਿਕਾਰਡ ਹੈਗਾ ਜੀ ਸਾਰਾ ਰਿਕਾਰਡ ਲੈ ਕੇ ਤੁਸੀਂ ਅਕਾਲ ਤਖ਼ਤ ਤੇ ਪੁੱਜੋ। ਹੁਣ ਇਹ ਅਕਾਲ ਤਖ਼ਤ ਤੇ ਕੌਣ ਕੌਣ ਪੁੱਜਦਾ ਕੌਣ ਕੌਣ ਨਹੀਂ ਪੁੱਜਦਾ ਇਹਦੇ 5 ਮਾਰਚ ਦੱਸੂਗੀ, ਤੇ 5 ਮਾਰਚ ਨੂੰ ਮੈਨੂੰ ਲੱਗਦਾ ਵੀ ਜਿਹੜੇ ਸਾਡੇ ਚਰਨਜੀਤ ਸਿੰਘ ਚੱਢਾ ਸੀਗਾ ਉਹਨਾਂ ਦਾ ਜਿਹੜਾ ਦਿੱਤਾ ਸੀ ਬਨਵਾਸ 2 ਸਾਲ ਦਾ ਉਹ ਉਹਨਾਂ ਦਾ ਪੂਰਾ ਹੋ ਰਿਹਾ ਵਾ ਜੀ, ਸ਼ਾਇਦ ਉਸ ਦਿਨ ਉਹਨਾਂ ਨੂੰ ਵੀ ਜਿਹੜਾ ਵਾ ਇਹ ਇੱਥੇ ਮਤਲਬ ਖਲਾਸੀ ਹੋ ਜਾਏ ਉਹਨਾਂ ਦੀ ਖਲਾਸੀ ਜੀ। ਇਸੇ ਤਰ੍ਹਾਂ ਪਰਮਜੀਤ ਸਰਨੇ ਨੂੰ ਵੀ ਕੇਸ ਵਿੱਚ ਕਹਿ ਦਿੱਤਾ ਗਿਆ ਜੀ, ਅੱਛਾ ਜੀ, ਕਰਦੀ ਸਰਨੇ ਨੂੰ ਵੀ ਕਹਿ ਦਿੱਤਾ ਗਿਆ ਵੀ ਤੁਹਾਡੇ ਕੋਲੋਂ ਜੇ ਕੋਈ ਸਕੂਲ ਦਾ ਰਿਕਾਰਡ ਹੈਗਾ ਤੁਸੀਂ ਲੈ ਤੁਸੀਂ ਵੀ ਆ ਜਾਓ, ਕਾਰਡ ਦੇ ਭਾਈ ਰਣਜੀਤ ਸਿੰਘ ਕੋਲ ਜਿੰਨਾ ਮਰਜ਼ੀ ਲਾ ਲਓ। ਭਾਈ ਰਣਜੀਤ ਸਿੰਘ ਜਦੋਂ ਕਜਹਿਦਰ ਅਕਾਲ ਤਖ਼ਤ ਸੀ ਉਹਨਾਂ ਨੂੰ ਪਤਾ ਸੀ ਵੀ ਇਹਨਾਂ ਨੇ ਰਿਕਾਰਡ ਸੰਭਾਲਣਾ ਨਹੀਂ ਜੀ, ਉਹਨਾਂ ਨੇ 2 ਰਜਿਸਟਰ ਲਾਏ ਸੀ ਵੱਡੇ ਵੱਡੇ, ਦੋਵੇਂ ਕੋਈ ਹੁਕਮਨਾਮਾ ਕੀਤਾ ਤੇ ਬਕਾਇਦਾ ਤੌਰ ਤੇ ਦੋਵਾਂ ਦੇ ਉੱਤੇ ਦਰਜ ਕਰਕੇ ਤੇ ਦੋਵਾਂ ਤੇ ਸਾਈਨ ਕਰਾਉਂਦੇ ਸੀ, ਇੱਕੋ ਰਜਿਸਟਰ ਨਾਲ ਲੈ ਗਏ ਸੀ ਤੇ ਇੱਕ ਅਕਾਲ ਤਖ਼ਤ ਤੇ ਪਿਆ ਵਾ। ਅਕਾਲ ਤਖ਼ਤ ਤੇ ਸ਼੍ਰੋਮਣੀ ਕਮੇਟੀ ਕੋਲੋਂ ਪਲਾਨ ਰਿਕਾਰਡ ਮੰਗਲੋ ਤੇ ਇਹਨਾਂ ਨੂੰ ਮੌਤ ਬਜਦੀ ਰਿਕਾਰਡ ਹੈ ਹੀ ਨੀ ਜੀ, ਲੱਭਦਾ ਹੀ ਨੀ ਕਿਤੇ ਕਿਹਾ ਜੀ। ਇਸ ਕਰਕੇ ਭਾਈ ਰਣਜੀਤ ਸਿੰਘ ਕੋਲੇ ਇੱਕ ਇੱਕ ਕਾਪੀ ਉਹਦੀ ਪਈ ਆ, ਇਹੋ ਜਿਹੀ ਗੱਲ ਕੋਈ ਨੀ, ਲੇਕਿਨ ਪਰਮਜੀਤ ਸਰਨੇ ਨੂੰ ਕਿਹਾ ਵੀ ਤੁਸੀਂ ਵੀ ਸਕੂਲ ਚਲਾਇਆ ਹੈ ਜੀ, ਤੁਸੀਂ ਵੀ ਸਕੂਲ ਚਲਾਉਂਦੇ ਰਹੇ ਹੋ ਤੇ ਤੁਸੀਂ ਵੀ 5 ਮਾਰਚ ਨੂੰ ਸਵੇਰੇ 10 ਵਜੇ ਜਿਹੜਾ ਸਕੱਤਰ ਅਕਾਲ ਤਖ਼ਤ ਤੇ ਪਹੁੰਚੋ ਤਾਂ ਕਿ ਇਹਦੀ ਜਿਹੜਾ ਪੰਥ ਦੀ ਜੱਜ ਨੂੰ ਖੁਰਦ ਬੁਰਦ ਕਰਨ ਲਈ ਜੇ ਮਨਸੂਬੇ ਬਣਾਏ ਜਾਂਦੇ ਉਹਨਾਂ ਨੂੰ ਜਿਹੜਾ ਜਗ ਜਗ ਕੀਤਾ ਜਾਵੇ ਜੀ। ਤੇ ਉੱਧਰ ਵਿਧਾਨ ਸਭਾ ਦੇ ਵਿੱਚ ਕੈਪਟਨ ਸਾਹਿਬ ਨੇ ਕੋਰੋਨਾ ਵਾਇਰਸ ਦਾ ਬਹਾਨਾ ਲਾ ਕੇ ਸਮਾਰਟਫੋਨ ਵੰਡਣ ਦਾ ਤਾਂ ਇੱਕ ਵਾਰੀ ਸਿਲਸਿਲਾ ਅੱਗੇ ਪਾ ਦਿੱਤਾ, ਪਰ ਪਾਣੀਆਂ ਬਾਰੇ ਆਪਣੀ ਜਿਹੜੀ ਹੈ ਦ੍ਰਿੜਤਾ ਹੈਗੀ ਉਹਨੂੰ ਫਿਰ ਦੁਹਰਾ ਦਿੱਤਾ। ਵੇਖੋ ਜੀ, ਜੋ ਮਰਜ਼ੀ ਕਹੀ ਜਨ, ਜਿਹੜੀ ਉਹ ਪਾਣੀ ਤੇ ਪਹਿਲਾਂ ਜਾ ਹੀ ਰਿਹਾ ਵਾ, ਤੁਹਾਨੂੰ ਪਤਾ ਨੇ ਉਹ ਤਾਂ ਆਪਾਂ ਬਾਰ ਬਾਰ ਡਿਸਕਸ ਕਰੀ, ਚੰਗੇ ਨੀ ਲੱਗਦੇ, ਮੈਂ ਫਿਰ ਟਨੋਸਲ ਬੜੀ ਬੜੀ ਕਹਿ ਚੁੱਕੀ, ਪਾਣੀ ਓਨਲੀ ਜਾ ਰਿਹਾ ਜੀ, ਜਿਹੜੀ ਰਾਜਪੁਰਾ ਤੋਂ ਅੱਗੇ ਨਹਿਰ ਜਾਂਦੀ, ਜਦੋਂ ਇਹਨਾਂ ਨੇ ਕਿਹਾ ਸੀ ਵੀ ਉਹਦੇ ਵਿੱਚ ਜਿਹੜਾ ਗਾਰ ਆ ਗਈ ਹੈ ਥੱਲੇ ਤੇ ਉਹ ਪੁੱਟੀ ਗਾਹ ਕੱਢਣ ਦੀ ਬਜਾਏ ਦੀ ਜਿਹੜੇ ਸੀ ਕੰਢੇ 4-4 ਫੁੱਟ ਉੱਤੇ ਕਰ ਦਿਓ ਤਾਂ ਕਿ ਪਾਣੀ ਸਹੀ ਸਲਾਮਤ ਜਾਵੇ ਜੀ। ਉਹਦੇ ਵਿੱਚ ਵੀ ਇਹਨਾਂ ਨੇ ਪਾਣੀ ਨਹਿਰ ਦੇ ਵਿੱਚ ਪਾ ਕੇ 4-4 ਫੁੱਟ ਕੰਧੇ ਉੱਤੇ ਕੀਤੇ ਸੀ ਵੀ ਥੱਲੇ ਗਾਰ ਆ, ਜੇ ਗਾਰ ਥੱਲੇ 4-5 ਫੁੱਟ ਨਹਿਰ ਹੁੰਦੀ ਉਸਲੇ ਪਾਸੇ ਤੇ ਆ ਜਾਂਦੀ, 20-40 ਫੁੱਟ ਆ ਜਾਂਦੀ ਜੀ ਜੀ, ਜੇ ਥੱਲੇ 4 ਫੁੱਟ ਦੀ ਖਲਾਈ ਕਰੋ 4 ਫੁੱਟ ਰਹਿਣੀ ਹੈ ਤੇ ਜੇ ਉੱਤੇ 40 ਫੁੱਟ ਦੀ 60 ਫੁੱਟ ਬਣ ਜਾਂਦੀ ਹੈ। ਇਸ ਕਰਕੇ ਪਾਣੀ ਤੇ ਜਿੰਨਾ ਰਹਿਣੇ ਨੂੰ ਜਾਣਾ ਸੀ ਉਹ ਜਾ ਰਿਹਾ ਵਾ, ਤੇ ਇਸ ਕਰਕੇ ਪਾਣੀ ਹੋਰ ਦੀ ਗੱਲ ਦੇ ਮੈਂ ਜਿਹੜੀ ਬਹਾਨੇ ਬਾਜੀ ਕੀਤੀ ਜਾਂਦੀ, ਅਸੀਂ ਖੂਨ ਵਾਰ ਦਿਆਂਗੇ ਜੀ, ਜਾਨਾਂ ਦੇ ਦਿਆਂਗੇ ਜੀ, ਜਾਨਾਂ ਦੇ ਲੋਕ ਦਿੰਦੇ ਹੁੰਦੇ ਆ, ਲੀਡਰਸ਼ਿਪ ਗਾਹ ਦਿੰਦੇ ਹੁੰਦੇ ਆ,
ਤੇ ਇਸ ਕਰਕੇ ਉਹ ਕਹਿੰਦੇ ਜੀ ਅਸੀਂ ਪਾਣੀ ਨਹੀਂ ਜਾਣ ਦਿਆਂਗੇ, SOEL ਨਹੀਂ ਦਿਆਂ ਖੋਦਣ ਦਿਆਂਗੇ, ਨਹੀਂ ਕਰਾਂਗੇ। ਪਾਣੀ ਤੇ ਜਾ ਰਿਹਾ ਜੀ, ਪਹਿਲਾਂ ਤੁਸੀਂ ਉਹਦੀ ਪੜਤਾਲ ਕਰਾਓ ਵੀ ਕਿੰਨਾ ਪਾਣੀ ਜਾ ਰਿਹਾ, ਕਿੰਨਾ ਉਧਰ ਜਾਣਾ ਚਾਹੀਦਾ ਸੀ। ਜੇ ਉਹ ਪਾਣੀ ਜਾ ਰਿਹਾ ਤੇ ਫਿਰ ਬਾਰ ਬਾਰ ਲੋਕਾਂ ਨੂੰ ਬੇਵਕੂਫ ਬਣਾਉਣ ਦੀ ਕੋਸ਼ਿਸ਼ ਕਰੋ, ਨਾ ਹਰਿਆਣਾ ਬਣਾਵੇ ਤੇ ਨਾ ਪੰਜਾਬ ਬਣਾਵੇ ਜੀ। ਗੱਲ ਪਾਣੀ ਤਾਂ ਵਾਕਿਆ ਤੁਹਾਡੀ ਗੱਲ ਹੈ, ਇੱਧਰ ਤਾਂ ਪੂਰੇ ਦੇ ਪੂਰੇ ਦਰਿਆ ਹਰੀਕੇ ਤੋਂ ਲੰਘਦੇ ਆ ਜੀ, ਉੱਧਰ ਨੂੰ ਤੁਰੇ ਜਾਂਦੇ ਨੇ। ਇਸ ਕਰਕੇ ਮੈਂ ਕਿਹਾ ਜੀ ਬੜੀ ਵੀ ਡਿਸਕਸ ਚੁੱਕੇ ਬਹੁਤ ਹੈ, ਉਹਨੂੰ ਡਿਟੇਲ ਜਾਵਾਂਗੇ ਤੋਂ ਤਾਂ ਕੋਈ ਫਾਇਦਾ ਨਹੀਂ ਹੁੰਦਾ ਕਿ ਅੱਗੇ ਜਾ ਕੇ ਨਹਿਰ ਜਾ ਕੇ ਜਿਹੜੀ SOEL ਜਿਹੜੀ ਹਰਿਆਣੇ 'ਚ ਪੁੱਟੀ ਵਿੱਚ ਪੈ ਜਾਂਦੀ ਆ, ਉਹ ਪਾਣੀ ਸੁੱਕਦੀ ਵਗਦੀ ਹੈ ਨਹਿਰ, ਇਹ ਨਿਕਲ ਨਹੀਂ, ਪਾਣੀ ਜਾ ਰਿਹਾ ਉੱਧਰ ਜੀ। ਲੇਕਿਨ ਇਹ ਸਿਰਫ ਇੱਕ ਬਹਾਨੇਬਾਜ਼ੀਆਂ ਕੀਤੀਆਂ ਜਾ ਰਹੀਆਂ, ਨਹੀਂ ਜੀ ਪਾਣੀ ਨਹੀਂ ਦੇਵਾਂਗੇ, ਉਹ ਕਹਿੰਦੇ ਅਸੀਂ ਲੈ ਕੇ ਰਵਾਂਗੇ, ਇਹਨਾਂ ਗੱਲਾਂ ਦੇ ਵਿੱਚ ਸਭ ਕੋਈ ਉਲਝਦਾ ਜਾ ਰਿਹਾ। ਲੋਕਾਂ ਨੂੰ ਬਿਲਕੁਲ ਬਣਾਉਂਦੇ ਨੇ, ਆਪਣੀ ਰੋਟੀਆਂ ਸੇਕ ਕੇ ਵੋਟਾਂ ਦਿੰਦੇ, ਹੋਰ ਕੁਛ ਨਹੀਂ ਕਰਦੇ। ਤੇ ਸ਼ਾਹੀਨ ਬਾਗ ਬਾਰੇ ਜਿਹੜਾ ਕਹਿੰਦੇ ਜੀ ਕੇਂਦਰ ਸਰਕਾਰ ਨੇ ਕੋਈ ਰਾਹਤ ਮੰਗੀ ਸੀ, ਕੀ ਰਾਹਤ ਮੰਗੀ ਸੀ ਤੇ ਕੀ ਬਣਿਆ? ਦੇਖੋ ਜੀ, ਸ਼ਾਹੀਨ ਬਾਗ ਦਾ ਕੇਸ ਜਿਹੜਾ ਸੀ ਸੁਪਰੀਮ ਕੋਰਟ ਦੇ ਵਿੱਚ ਗਿਆ ਸੀ, ਤੇ ਸੁਪਰੀਮ ਕੋਰਟ ਜਾਣ ਤੋਂ ਬਾਅਦ ਜਿਹੜਾ ਸੀ ਉਹ ਫਿਰ ਇਹਨਾਂ ਨੇ ਸੋਚਿਆ ਸੀ ਵੀ ਸ਼ਾਹੀਨ ਬਾਗ ਦੇ ਵਿੱਚ ਸੁਪਰੀਮ ਕੋਰਟ ਦੇ ਆਰਡਰ ਕਰ ਦੇਗੀ ਤੇ ਅਸੀਂ ਕੱਲ ਹੀ ਕਰ ਲਾਂਗੇ ਜੀ। ਤੇ ਸੁਪਰੀਮ ਕੋਰਟ ਨੇ ਟੋਟਲੀ ਅੱਜ ਜਿਹੜਾ ਵਾ ਉਹਨੂੰ ਜਿਹੜਾ ਵਾ ਡੈਮੋਕ੍ਰੈਟਿਕ ਵੇ ਨਾਲ ਖਾਲੀ ਕਰਨ ਦੀ ਗੱਲ ਕਹਿ ਕੇ ਤੇ ਅਗਲੀ ਤਰੀਕ 23 ਮਾਰਚ ਪਾ ਦਿੱਤੀ। ਮਤਲਬ ਕਿ 3 ਦਿਨ ਘੱਟ 1 ਮਹੀਨਾ ਹੋਰ ਦਿੱਤਾ ਉਹਨਾਂ ਜੀ, ਵੀ ਤੁਸੀਂ 1 ਮਹੀਨਾ ਹੋਰ ਬੈਠੇ ਰਹੋ। ਹੁਣ ਸਰਕਾਰ ਦੀ ਜਿਹੜੀ ਆ ਉਹ ਆਪਣੀ ਜਿਹੜੀ ਆ ਉਹ ਗੱਲ ਚ ਕਮੀ ਬੱਝੀ ਗਈ ਆ, ਕਿਹੜਾ ਕੱਕੜ ਲਾਊ ਤੇ ਕਿਹੜਾ ਦਿਨ ਲਾਊ। ਇਹਦੇ ਵਿੱਚ ਉਹਨਾਂ ਨੂੰ ਹੁਣ ਇਹ ਜਿਹੜੀ ਸ਼ਾਹੀਨ ਬਾਗ ਦਾ ਮਾਮਲਾ ਵਾ ਇਹ 33 ਤੇ ਪੈਂਡੇ ਪੈ ਗਿਆ। ਹੁਣ ਸਰਕਾਰ ਕੀ ਕਰਦੀ ਆ ਕੀ ਨਹੀਂ ਕਰਦੀ ਤੇ ਇਹ ਆਉਣ ਵਾਲੇ ਦਿਨੇ ਪਤਾ ਲੱਗੂਗਾ, ਲੇਕਿਨ ਦਿੱਲੀ ਦੇ ਵਿੱਚ ਜਿਹੜਾ ਹਾਲਾਤ ਨੇ ਬਹੁਤ ਸਖਾਵੇਂ ਨਹੀਂ। ਨਾ ਮੈਂ ਹੁਣ ਸਿਮਰਜੋਤ ਮੱਕੜ ਹੋਰਾਂ ਨਾਲ ਵੀ ਗੱਲ ਕਰਕੇ ਹਟਿਆ, ਸ਼ਾਹੀਨ ਬਾਗ ਬਾਰੇ ਉਹਨਾਂ ਨੇ ਇੰਨੀ ਗੱਲ ਕਹਿ ਦਿੱਤੀ ਆ ਵੀ ਅਜੇ ਮਾਹੌਲ ਠੀਕ ਨਹੀਂ ਗਾ, ਇਹਦਾ ਫੈਸਲਾ ਅਸੀਂ ਅਗਲੇ ਮਹੀਨੇ ਕਰਾਂਗੇ, 23 ਤਰੀਕ ਨੂੰ ਕਰਾਂਗੇ ਕੀ ਕਰਨਾ ਕੀ ਨਹੀਂ ਕਰਨਾ ਜੀ। ਸੁਪਰੀਮ ਕੋਰਟ ਦਾ ਅੱਜ ਦਾ ਫੈਸਲਾ ਜੀ, ਮਤਲਬ ਉਹ ਵੀ ਸੁਪਰੀਮ ਕੋਰਟ ਨੇ ਵੀ ਇਸ਼ਾਰਾ ਕਰਤਾ ਸਰਕਾਰ ਨੂੰ, ਭਾਈ ਉਹਨਾਂ ਦੀ ਗੱਲ ਸੁਣੋ ਤੇ ਗੱਲ ਸੁਣ ਕੇ ਉਹਨਾਂ ਦਾ ਮਸਲਾ ਹੱਲ ਕਰੋ, ਇਸ਼ਾਰਾ ਹੈ ਸੁਪਰੀਮ ਕੋਰਟ ਦਾ ਜੀ। ਜੀ ਆਪਾਂ ਕਾਲ ਲੈ ਲਈਏ ਜੀ, ਸਤਿ ਸ਼੍ਰੀ ਅਕਾਲ ਜੀ, ਤੁਸੀਂ 9164 ਤੇ ਆਉਂਦੇ ਹੋ। ਤੁਲਨਾ ਤਾਂ ਨਹੀਂ ਕਰ ਸਕਦੇ, ਸਾਡਾ ਮੀਡੀਆ ਬਾਰੇ ਮੇਰਾ ਕੁਐਸਚਨ ਸੀਗਾ ਵੀ ਇਹ ਟਰੰਪ ਦੀ ਜਗ੍ਹਾ ਉਦਣ ਲੱਗਾ ਰਿਹਾ ਮੋਦੀ ਨੇ ਕਿੰਨੀ ਵਾਰ, ਉਹਨੇ ਟਰੰਪ ਨੇ ਕਿਹਾ ਮੋਦੀ ਇੰਨੀ ਵਾਰ ਉਹਨੇ ਐਂ ਕਿਹਾ ਇੰਨੀ ਵਾਰ ਪਾਕਿਸਤਾਨ ਦਾ, ਤੇ ਇਹ ਬਜਾਏ ਇਹਦੀ ਕਿ ਘੜੀ ਨੇ ਬੰਦੇ ਮਰ ਗਏ ਇੰਨੇ ਘਰ ਲੁੱਟੇ ਆ। ਇੱਕ ਦੂਜਾ ਕੁਐਸਚਨ ਇਹ ਜਿਹੜਾ ਅਜੀਤ ਭੋਪਾਲ ਆ ਇਹ ਉਹ ਹੀ ਨੀ ਜਿਹੜਾ ਰਿਕਸ਼ਾ ਚਲਾਉਂਦਾ ਤੇ ਇੱਥੇ ਬਣ ਗਿਆ ਸੀ ਖਾੜਕੀ ਸੌਕਾਂ ਦੇ ਵਿੱਚ, ਕਿ ਇਹਨੂੰ ਨੀ ਸੁੱਖਾ ਜਿੰਦਾ ਕੋਈ ਜਿੰਦਾ ਤੱਕ ਰਿਹਾ, ਇਹਦੇ 2 ਭਾਗ ਕਰਨੇ ਨੂੰ ਕਹੀਆਂ। ਇਹਦੇ ਨਾਲ ਮੈਂ ਰੇਡੀਓ ਦਾ ਕੋਈ ਸੰਬੰਧ ਨੀ, ਮੇਰੇ ਆਪਣੇ ਵਿਚਾਰ ਆ। ਪਲੀਜ਼ ਅਵਾਇਡ ਕਰਿਆ ਕਰੋ ਜੀ ਭਾਈ ਸਾਹਿਬ, ਭਾਈ ਸਾਹਿਬ ਇਹੋ ਜਿਹੀ ਸ਼ਬਦਾਵਲੀ ਜਿਹੜੀ ਆ ਨਾ ਕਿਸੇ ਨੂੰ ਪੈਂਪਰ ਕਰਨ ਵਾਲੀ ਪਲੀਜ਼ ਅਵਾਇਡ ਕਰਿਆ। ਹਾਂਜੀ ਮੈਂ ਤਾਂ ਹੀ ਕਿਹਾ, ਨਹੀਂ ਭਾਵੇਂ ਤੁਹਾਡੇ ਵੀ ਵਿਚਾਰ ਨੇ। ਹਾਂ ਜੀ ਤੇ ਦੂਜਾ ਜਿਹੜਾ ਕਲਰਾਜ ਮਿਸ਼ਰਾ ਤੇ ਅਨੁਰਾਗ ਠਾਕੁਰ ਆ ਕੱਲ ਨੂੰ ਇਹੋ ਇਸ ਅਹੁਦੇ ਤੇ ਪਹੁੰਚ ਸਕਦੇ ਆ ਜੀ? ਧੰਨਵਾਦ ਪੱਟੀ ਸਾਹਿਬ। ਹਾਈ ਕੋਰਟ ਨੇ ਵੀ ਉੱਥੋਂ ਦੀ ਨੇ ਕਹਿ ਦਿੱਤਾ ਕਿ ਇਹ ਕਲਰਾਜ ਮਿਸ਼ਰਾ ਹੋ ਰਹੇ ਤੇ ਇਹਨਾਂ ਦੇ ਉੱਤੇ ਮਾਮਲੇ ਦਰਜ ਕਰੋ। ਹਾਈ ਕੋਰਟ ਨੇ ਕੀ ਕਿਹਾ ਜੀ? ਹਾਈ ਕੋਰਟ ਦੇ ਵਿੱਚ ਅੱਜ ਇਹਨਾਂ ਦਾ ਸਾਜਾ ਸਰਪ੍ਰੀ ਆਪਣਾ ਕੇਂਦਰ ਸਰਕਾਰ ਦਾ ਵਕੀਲ ਸੀ ਉਹ ਤੇ ਨਾਲ DCP ਜਿਹੜਾ ਪੇਸ਼ ਹੋਇਆ ਜੀ, ਉਹਦੇ ਵਿੱਚ ਜਦੋਂ ਹਾਈ ਕੋਰਟ ਦੇ ਪੇਸ਼ ਹੋਇਆ ਤੇ ਉਹਨੇ ਕਿਹਾ ਵੀ ਦੱਸੋ ਜੀ ਸਾਨੂੰ ਇਹਦੇ ਵਿੱਚ ਰਾਹ ਦਿੱਤੀ ਜਾਵੇ, ਉਹਨਾਂ ਕਾਨੂੰ ਕਾਹਦੀ ਰਾਹ ਦੀ ਦੱਸੋ ਬਲੋ ਕੀ ਕਹੀਏ ਤੁਸੀਂ ਜੀ, ਤੁਸੀਂ ਨੇ TV ਵੇਖਿਆ
ਤੁਸੀਂ ਨੀ ਆਉਂਦੇ ਚੰਦ ਨੂੰ ਦੇਖੋ ਭਾਈ, ਕਹਿੰਦੇ ਸਾਡੇ ਕੋਲ ਟਾਈਮ ਨੀ ਮਿਲਦਾ, ਅਸੀਂ ਵੇਖਿਆ ਨੀ ਜੀ, ਕਹਿੰਦੇ ਨਹੀਂ ਵੇਖਿਆ ਤੁਹਾਨੂੰ ਅਸੀਂ ਵਿਖਾਉਣੇ ਆ ਜੀ। ਹਾਈ ਕੋਰਟ ਨੇ ਆਪਣੇ ਉੱਥੇ ਆਫਰ ਦੇ ਵਿੱਚ ਜਿਹੜਾ ਸੀ ਉਹਨਾਂ ਨੇ ਕਿਹਾ ਵਿਖਾਓ ਜੀ ਰਿਕਾਰਡਿੰਗ, ਜਦੋਂ ਖਾਉਂਡ ਵਿਖਵਾਈ ਗਈ ਤੇ ਉਹਦੇ ਵਿੱਚ ਜਿਹੜਾ ਕਪਿਲ ਮਿਸ਼ਰਾ ਦੇ ਬਿਆਨ ਜੋ ਕੁਛ ਕਹਿ ਰਿਹਾ ਉਹ ਸਾਰੇ ਵਿਖਾਏ ਗਏ ਵੀ ਆਹ ਵੇਖੋ ਕੀ ਬਣ ਲਿਆ ਜੀ। ਉਹਨਾਂ ਨੇ ਉਹਨਾਂ ਨੂੰ ਪੂਰੀ ਝਾੜ ਪਾਈ ਅੱਜ ਵੀ ਤੁਸੀਂ ਬੈਠੇ ਕਿੱਥੇ ਹੋ, ਕਰਦੇ ਤੁਸੀਂ ਕੀ ਦੱਸੋ ਪਹਿਲਾਂ ਤੁਸੀਂ। ਦਿੱਲੀ ਸੜ ਰਹੀ ਹੈ, ਦਿੱਲੀ ਬੜ ਰਹੀ ਹੈ, ਤੁਸੀਂ ਕਰ ਕੀ ਰਹੇ ਹੋ ਤੁਸੀਂ ਜੀ। ਨਾਲ ਹਾਈ ਕੋਰਟ ਦੇ ਜੱਜਾਂ ਨੇ ਠੋਕ ਵਜਾ ਕੇ ਕਹਿਤਾ ਵੀ 1984 ਵਿੱਚ ਸਿੱਖਾਂ ਦਾ ਕਤਲੇਆਮ ਹੋਇਆ ਸੀ, ਹੁਣ ਕਤਲੇਆਮ ਨਹੀਂ ਹੁੰਦੇ ਨਾ ਜੀ, ਜੋ ਮਰਜ਼ੀ ਹੋਵੇ ਉਦੋਂ ਹੋ ਗਿਆ, ਸਾਨੂੰ ਅਫਸੋਸ, ਅਸੀਂ ਕੁਛ ਨੀ ਕਰ ਸਕੇ ਉਸ ਟਾਈਮ ਦੇ ਉੱਤੇ, ਲੇਕਿਨ ਹੁਣ ਕਤਲੇਆਮ ਨੀ ਹੁੰਦੇ ਨਾ। ਦੱਸੋ ਕੀ ਤੁਹਾਡਾ ਕੀ ਕਰੋਗੇ ਤੁਸੀਂ ਜਾ ਕੇ ਹੁਣ? ਤੇ ਫਿਰ ਜਿਹੜਾ ਸਰਕਾਰੀ ਵਕੀਲ ਕਹਿੰਦਾ ਜੀ ਮੈਨੂੰ ਪਤਾ ਨੀ, ਮੈਨੂੰ ਇੱਕ ਦਿਨ ਦਾ ਟਾਈਮ ਦਿਓ, ਕਦਾ ਟਾਈਮ ਦੀ ਤੁਹਾਨੂੰ? ਉਹਨੇ ਲਾਹ ਪਾ ਪੂਰੀ ਕੀਤੀ ਟਿਕਾ ਕੇ ਇਹਨਾਂ ਦੀ। ਉਹਨੇ ਕਿਹਾ ਵੀ ਆਹ ਲੋਕ ਜਿਹੜੇ ਬੋਲਣ ਦੇ ਆ, ਜਿਹੜੇ ਲੋਕਾਂ ਨੂੰ ਭੜਕਾਉਣ ਦੇ, ਫੜ ਕੇ ਅੰਦਰ ਕੋਲ ਇਹਨਾਂ ਨੂੰ ਜੀ। ਜੇ ਹਾਈ ਕੋਰਟ ਨੇ ਕਿਹਾ, ਹੁਣ ਹਾਈ ਕੋਰਟ ਦੇ ਹੁਕਮਾਂ ਦਾ ਸਰਕਾਰ ਕਿੰਨੇ ਕੁ ਤਮੀਲ ਕਰਦੀ ਹੈ ਕਿੰਨੇ ਕੁ ਨਹੀਂ ਕਰਦੀ, ਇਹ ਤੇ ਬਾਅਦ ਦੀ ਗੱਲ। ਜੇ ਪ੍ਰਧਾਨ ਮੰਤਰੀ ਦਾ ਬਿਆਨ ਆਇਆ ਢਿੱਲਾ ਜਾ ਜਾਇਆ, ਉਹ ਤਾਂ ਕੋਈ ਕਿਸੇ ਬਿਆਨ ਨਹੀਂ ਆਇਆ, ਇਹਦਾ ਮਤਲਬ ਵੀ ਇਹ ਖੁਦ ਸਭ ਕੁਛ ਕਰਵਾ ਰਹੇ ਨੇ ਉੱਥੇ ਜੀ। ਆ ਬਿਆਨ ਤਾਂ ਦੇਖੋ, ਪ੍ਰਧਾਨ ਮੰਤਰੀ ਸ਼ਾਂਤੀ ਬਣਾਉਣ ਦੇ ਨਾਲ, ਸ਼ਾਂਤੀ ਬਣਾਉਣ ਦੇ ਲਈ ਉੱਥੇ ਫੋਰਸਾਂ ਵੀ ਭੇਜੋ, ਕੋਈ ਦਵਾਈ ਬੂਟੀ ਵਾਲੇ ਵੀ ਭੇਜੋ, ਕੋਈ ਆਪਦੀਆਂ ਗੱਲਾਂ ਵੀ ਕਰੋ ਸ਼ਾਂਤੀ ਬਹਾਲ ਵਾਲੀਆਂ। ਔਰ ਉਹਨਾਂ ਨੇ ਹਾਈਕੋਰਟ ਨੇ ਵੀ ਕਹਿਤਾ, ਹਾਈਕੋਰਟ ਨੇ ਕਿਹਾ ਵੀ 1984 ਦੇ ਵਿੱਚ ਜਿਹੜੇ ਸਿੱਖ ਮਾਰੇ ਗਏ ਸੀ, ਜਿਹੜੇ ਇੱਥੇ ਤੁਸੀਂ ਨਿਸਾੜ ਦਿੱਤੇ, ਬਾਲ ਦਿੱਤੇ, ਤੇ ਉਹ ਸਿੱਖਾਂ ਨੇ ਕੇਸ ਅਜੇ ਵੀ ਇਨਸਾਫ਼ ਦੀ ਅਦਾਲਤ ਚੱਲਣ ਡਿਆ। ਜਿਹੜੇ ਉਹਨਾਂ ਦੇ ਜਿਹੜੇ ਸੀ ਮੁਆਵਜ਼ੇ ਦੇ ਕੇਸ, ਉਹ ਵੀ ਅਦਾਲਤ ਚੱਲਣ ਡਿਆ ਸੀ ਜੀ। ਤੇ ਤੁਹਾਨੂੰ ਇਮੀਡੀਏਟਲੀ ਅੱਜ ਹੀ ਆਰਡਰ ਕਰਦੀ ਹਾਈਕੋਰਟ ਵੀ ਜਿਹੜੇ ਲੋਕ ਉੱਥੇ ਮਾਰੇ ਗਏ ਨੇ ਉਹਨਾਂ ਨੂੰ ਮੁਆਵਜ਼ਾ, ਤੇ ਜਿਹੜੇ ਫੱਟੜ ਹੈ ਉਹਨਾਂ ਦੇ ਇਲਾਜ ਦਾ ਪ੍ਰਬੰਧ, ਤੇ ਜਿਹੜਾ ਉਹਨਾਂ ਨੂੰ ਨੁਕਸਾਨ ਹੋ ਉਹਦਾ ਵੀ ਮੁਆਵਜ਼ਾ ਦਿੱਤਾ ਜਾਵੇ ਉਹਨਾਂ ਨੂੰ ਜੀ। ਉਹਨਾਂ ਵਿਚਾਰਿਆਂ ਦਾ ਕੀ ਕਸੂਰ ਆ? ਉਹ ਤੁਹਾਨੂੰ ਟੈਕਸ ਪੇ ਕਰਦੇ ਆ, ਟੈਕਸ ਪੇ ਕਰਕੇ ਰਹਿੰਦੇ ਇੱਥੇ, ਉਹਨੇ ਰਹਿੰਦੇ ਹੋ, ਤੇ ਆਹ ਜਿਹੜੇ ਬੰਦੇ ਰੌਲਾ ਪਾਉਂਦੇ ਲੋਕਾਂ ਨੂੰ ਭੜਕਾਉਣ ਦੇ, ਇਹ ਵਾਕਿਆ ਹੀ ਫੜਕੇ ਅੰਦਰ ਕਰੋ, ਤੇ ਫਿਰ ਸਾਡੇ ਕੋਲ ਆਓ, ਤੁਸੀਂ ਕੀ ਕਰਦੇ ਹੋ? ਇਹ ਅੰਦਰ ਕਰਦੇ ਆ ਨਹੀਂ ਕਰਦੇ, ਵੱਖਰੀ ਗੱਲ, ਜੁਦਾ ਗੱਲ, ਇਹ ਤੇ ਇੱਕ ਵੱਖਰੀ ਗੱਲ। ਤੁਹਾਨੂੰ ਸਰਕਾਰ ਦਾ, ਤੁਹਾਨੂੰ ਪਤਾ ਸਰਕਾਰ ਕਈ ਬਹਾਨੇ ਬਾਜ਼ੀਆਂ ਲਾਉਂਦੀਆਂ, ਲੇਕਿਨ ਅੱਜ ਜਿੰਨੀ ਕੁ ਲਾਹ ਪਾ ਕੀਤੀ ਉਹਨਾਂ ਦੀ ਸਰਕਾਰੀ ਵਕੀਲ ਦੀ ਤੇ DCP ਦੀ, ਤੇ ਉਹਨਾਂ ਕਿਹਾ ਜੀ ਸਰਕਾਰੀ ਵਕੀਲ ਨੂੰ ਕਹਿਣਾ ਪਿਆ ਕਿ ਅਸੀਂ ਵੀ ਮਜਬੂਰ ਹਾਂ ਜੀ ਜੀ। ਜਦੋਂ ਇੰਨੀ ਮਜਬੂਰੀ ਯਾਰ ਕਰਤੀ, ਤੇ ਫਿਰ ਜੱਜ ਵੀ ਸਮਝ ਗਏ ਵੀ ਕਿੱਥੋਂ ਬੋਲ ਰਹੇ ਨੇ, ਤੇ ਚਾਹੀਦਾ ਇਹ ਆ ਵੀ ਉੱਥੇ ਜਿਹੜੇ ਦੋਸ਼ੀ ਨੇ ਐਨੇ ਉੱਥੇ ਪੱਧਰ ਕਰ ਰਹੇ, ਕਿਸੇ ਨੂੰ ਕੀ ਅਧਿਕਾਰ ਹੈ ਕਿਸੇ ਦੇ ਜਾ ਕੇ ਧਾਰਮਿਕ ਸਥਾਨ ਤੋਂ ਜਾ ਕੇ ਉਹਦਾ ਜਿਹੜਾ ਸੀ ਚਿੰਨ ਲਾਉਣ ਦਾ ਅਧਿਕਾਰ ਕਿਸੇ ਨੂੰ? ਜੇ ਤੁਹਾਡੇ ਕੋਈ ਲਾਭ ਆ ਕੇ ਤੁਸੀਂ ਗੱਲ ਪਹਿਲਾਂ ਮੁੜ ਕੇ ਅਗਲੇ ਤੇ ਵੀ ਇਹ ਕਿਵੇਂ ਹੋ ਗਿਆ ਜੀ ਇੱਥੇ ਜੀ। ਇਸ ਕਰਕੇ ਹਾਈ ਕੋਰਟ ਦੇ ਜਿਹੜੇ ਆਦੇਸ਼ ਨੇ ਬੜੇ ਸਖ਼ਤ ਨੇ, ਹੁਣ ਇਹਨਾਂ ਆਦੇਸ਼ਾਂ ਦੀ ਪਾਲਣਾ ਹੁੰਦੀ ਜਾਂ ਨਹੀਂ ਪੱਲ ਹੁੰਦੀ, ਇਹ ਹੁਣ ਕੱਲ੍ਹ ਤੱਕ ਪਤਾ ਲੱਗੇਗਾ, ਬਿਜਲੀ ਤੇ ਭਾਰੀ ਬਿੱਲਾਂ ਤੋਂ ਨਜ਼ਾਤ ਪਾਉਣ ਦੇ ਲਈ ਆਪਣੇ ਘਰਾਂ ਤੇ ਵਪਾਰਕ ਸਥਾਨਾਂ ਦੀਆਂ ਛੱਤਾਂ ਤੇ ਸੋਲਰ ਸਿਸਟਮ ਲਵਾਓ ਜੀ, ਤੇ ਨਾਲ ਦੀ ਨਾਲ ਹਜ਼ਾਰਾਂ ਡਾਲਰਾਂ ਦੀ ਬਚਤ ਵੀ ਕਰੋ। ਇਹ ਸਲਾਹ ਮਸ਼ਵਰਾ ਕਿਵੇਂ ਟੈਕਸ ਬਚਾਉਣਾ, ਕਿਉਂਕਿ ਜਦੋਂ ਤੁਸੀਂ ਸੋਲਰ ਸਿਸਟਮ ਤੋਂ ਹੀ ਪੈਸਾ ਲਾਉਣਾ, ਕਹਿੰਦੇ ਇਹਦੇ ਉੱਤੇ ਵੀ ਤੁਹਾਨੂੰ ਟੈਕਸ ਵਗੈਰਾ ਬਚਦਾ, ਤਾਂ ਜਤਿੰਦਰ ਸਿੰਘ ਤੂਰ ਹੋਰਾਂ ਨਾਲ ਸੰਪਰਕ ਕਰ ਲਓ 661-7541722, 661-7542-1722 ਦੇ ਉੱਤੇ ਸੰਪਰਕ ਕਰ ਲਓ।
ਪ੍ਰੋਪਰਟੀ ਵੀ ਲੈਣੀ ਹੋਵੇ ਤਾਂ ਵੀ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ। ਬੇਰੀਏ ਵਿੱਚ ਜੇਕਰ ਤੁਹਾਡੀ ਗੱਡੀ ਦਾ ਐਕਸੀਡੈਂਟ ਹੋ ਜਾਂਦਾ, ਇਸ ਨੂੰ ਨਵੀਂ ਨਕੋਰ ਬਣਾਉਣਾ ਚਾਹੁੰਦੇ ਹੋ ਤਾਂ ਇੱਕੋ ਇੱਕ ਨਾਂ, ਫੇਅਰਵੇ ਆਟੋ ਸੈਂਟਰ, 1421 ਇੰਡਸਟਰੀਅਲ ਪਾਰਕਵੇ ਵੈਸਟ, ਹੇਵਰਡਸ ਕੈਲੀਫੋਰਨੀਆ ਦੇ ਵਿੱਚ, ਬਾਈ ਦਰਸ਼ਨ ਹੋਰਾਂ ਕੋਲ ਲੈ ਜਾਓ। ਪੂਰੀ ਵਾਜਬ ਕੀਮਤ 'ਤੇ ਤੁਹਾਡੀ ਗੱਡੀ ਦਾ ਤਸੱਲੀ ਬਖਸ਼ ਕੰਮ ਕੀਤਾ ਜਾਏਗਾ। ਸੋ ਨੰਬਰ ਨੋਟ ਕਰੋ, 5105382983, 510-538-2983 ਦੇ ਉੱਤੇ ਜੋ ਤੁਸੀਂ ਸੰਪਰਕ ਕਰ ਲੈਣਾ, ਅਤੇ ਰੇਡੀਓ ਪੰਜਾਬ ਟੂਡੇ ਦਾ ਹਵਾਲਾ ਦੇਣ ਦੇ ਉੱਤੇ ਤੁਹਾਡਾ ਇੱਜ਼ਤ ਮਾਨ ਸਤਿਕਾਰ ਕੀਤਾ ਜਾਏਗਾ। ਖਾਲਸਾ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਧੰਨਵਾਦ ਜੀ ਸਾਹਿਬ ਤੇ ਪੱਟੀ ਸਾਹਿਬ ਜੀ, ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਫਤਿਹ ਜੀ। ਹਾਂਜੀ, ਗੱਲ ਇਹ ਹੈ ਵੀ ਕਸ਼ਮੀਰ ਵਿੱਚ ਜਿਹੜੀ 370 ਹਟਾਈ, ਉਹ ਵੀ ਕੋਈ ਕਾਨੂੰਨ ਮੁਤਾਬਕ ਤਾਂ ਹਟਾਈ ਨੀ, ਉਹ ਜਿਸ ਤਰ੍ਹਾਂ ਹਟਾਉਣੀ ਚਾਹੀਦੀ ਸੀ ਤੇ ਅਸੈਂਬਲੀ ਤਾਂ ਕਿਹਾ ਹੀ ਨੀ ਸੀ ਜੀ। ਔਰ ਜੋ ਕੁਛ ਹੋਇਆ ਆਪਣੇ ਚਾਂਦਪੁਰ ਇਲਾਕੇ ਦੇ ਵਿੱਚ, ਚਾਂਦ ਬਾਗ ਪਾਸੇ ਭਜਨਪੁਰ ਜਾਂ ਕੀ ਹੈਗਾ ਗੋਕਲਪੁਰ ਜੀ, ਇਹ ਤਾਂ ਸਾਰਾ ਸਰਕਾਰ ਦਾ ਪ੍ਰੀ ਪਲਾਨ ਸੀ ਸਭ ਕੁਛ। ਔਰ ਜਾਂ ਤਾਂ ਅਦਾਲਤਾਂ ਵੀ ਇਹਨਾਂ ਦੇ ਦਬਾਅ ਵਿੱਚ ਨੇ, ਇਹਦੇ ਬਾਰੇ ਕੀ ਖਿਆਲ ਹੈ? ਥੈਂਕ ਯੂ ਜੀ। ਜਿਹੜੀ ਗੱਲ ਤੁਸੀਂ ਗੱਲ ਕੀਤੀ ਖਾਲਸਾ ਜੀ ਕਸ਼ਮੀਰ ਦੇ ਬਾਰੇ, ਕਸ਼ਮੀਰ ਦੇ ਬਾਰੇ ਇਹਨਾਂ ਜਦੋਂ ਉੱਥੇ 370 ਹਟਾਈ ਆ ਤਾਂ ਉਦੋਂ ਬਹੁਤਾ ਰੌਲਾ ਨੀ ਪਿਆ, ਕਸ਼ਮੀਰ ਤੋਂ ਬਾਅਦ ਕੁਛ ਹੋਇਆ ਹੀ ਨੀ ਉਹਦੇ ਵਿੱਚ। ਲੇਕਿਨ ਆਹ ਜਿਹੜੇ ਤਿੰਨ ਇਹਨਾਂ ਨੇ ਕਾਨੂੰਨ ਬਣਾਉਣ ਦੀ ਗੱਲ ਕੀਤੀ, ਇਹਨਾਂ ਦੇ ਉੱਤੇ ਸਾਰੇ ਹਿੰਦੁਸਤਾਨ ਦੇ ਵਿੱਚ ਅੱਗ ਲੱਗੀ ਪਈ। ਅੱਜ ਇੱਕ ਸ਼ਹੀਨ ਬਾਗ ਨੀ, ਪੂਰੇ ਦੇਸ਼ ਦੇ 100 ਸ਼ਹੀਨ ਬਾਗ ਬਣੇ ਪਏ ਨੇ ਜੀ, ਜਿਹੜੇ ਗਲੇ ਦੀ ਹੱਡੀ ਬਣੇ ਪਏ ਨੇ। ਹਾਲਾਤ ਵੇਖੋ, ਜਿਹੜੀ ਸਾਡੀ ਅਫਸਰਸ਼ਾਹੀ ਉਹ ਕਿੱਥੇ ਗਈ ਆ ਜੀ। ਅਫਸਰਸ਼ਾਹੀ ਨੂੰ ਇਹ ਕਿਹਾ ਗਿਆ ਵੋਟਾਂ ਲੈਣ ਵਾਸਤੇ, ਵੀ ਜਿਹੜਾ ਸਾਡਾ ਮੁੱਖ ਮੰਤਰੀ ਹੈਗਾ ਯੂਪੀ ਦਾ ਜੋਗੀ, ਉਹ ਕਹਿੰਦਾ ਵੀ ਜਿਹੜੇ ਕਾਵੜੀਏ ਹੁੰਦੇ ਨੇ, ਕਾਵੜੀਏ ਗੰਗਾ ਦਾ ਜਲ ਲੈ ਕੇ ਉਹਨਾਂ ਕਾਵੜੀਆਂ ਉੱਤੇ ਫੁੱਲਾਂ ਦੀ ਵਰਖਾ ਕੀਤੀ ਜਾਵੇ ਜੀ। ਇੱਕ ਜਿਹੜਾ ਅਧਿਕਾਰੀ ਸੀ SPC ਲੈਵਲ ਦਾ ਸੀ ਤੇ ਉਹਨੇ ਜਵਾਬ ਨੇ ਕਾਵੜੀਆਂ ਦੀ ਹੋਰ ਚਮਚਾਗਰੀ ਕਰਦੇ ਉਹਨਾਂ ਨੇ ਪੈਰ ਧੋਤੇ ਆ ਜੀ। ਪੈਰ ਧੋ ਕੇ ਉਹ ਵੀਡੀਓ ਜਿਹੜੀ ਸੀ ਪਾਈ ਗਈ, ਉਹਨੂੰ ਆਪਣੇ ਨੂੰ ਮੁੱਖ ਮੰਤਰੀ ਨੂੰ ਵੀ ਆ ਵੇਖੋ ਸੀ ਤੇ ਬੜੀ ਤੁਹਾਡੇ ਹੁਕਮ ਤਮੀਲ ਕਰ ਰਹੇ ਹਾਂ ਜੀ ਜੀ, ਤਾਂ ਕਿ ਇੱਕ ਧਿਰ ਦੀਆਂ ਵੋਟਾਂ ਬਟੋਰੀਆਂ ਸਜਾ ਜਾ ਸਕਣ। ਉੱਥੇ ਇੱਕ ਅਲੀਗੜ੍ਹ ਦੀ ਹੈਗਾ ਸੀ ਜੀ ਬੰਦਾ ਜੀ, ਅਲੀਗੜ੍ਹ ਇੱਕ ਪ੍ਰੋਫੈਸਰ ਸੀ ਅਲੀਗੜ੍ਹ ਦੇ, ਉਹਨੇ ਸੰਬੋਧਨ ਕਰਦਿਆਂ ਕਹਿ ਦਿੱਤਾ ਵੀ CA ਜਿਹੜਾ ਮੁਸਲਮਾਨਾਂ ਨੂੰ ਦੂਜੇ ਦਰਜੇ ਦਾ ਨਾਗਰਿਕ ਬਣਾਵੇਗਾ ਜੀ, ਤੇ ਮੋਟਾ ਭਾਈ ਹਿੰਦੂ ਜਿਹੜਾ ਵਾ, ਮੋਟਾ ਭਾਈ ਮਤਲਬ ਵੱਡਾ ਭਾਈ ਕਹਿੰਦੇ, ਮੋਟਾ ਗੁਜਰਾਤ ਚ ਮੋਟਾ ਕਹਿੰਦੇ ਆਮ ਤੌਰ ਤੇ ਜੀ ਜੀ ਜੀ, ਮੁਸਲਮਾਨਾਂ ਦੀ ਵੰਡ ਪਾਉਂਦਾ ਵਾ, ਤਾਂ ਉਸ ਤੋਂ ਪਹਿਲਾਂ ਦੇਸ਼ ਵਾਲੇ ਦੋਸ਼ ਕੀਤੇ ਜਾਵੇ, ਤੇ ਫਿਰ ਜਦੋਂ ਅਦਾਲਤ ਨੇ ਉਹਨੂੰ ਜ਼ਮਾਨਤ ਦੇ ਦਿੱਤੀ ਤਾਂ ਅਲੀਗੜ੍ਹ ਦੇ DM ਤੇ SSP ਨੇ ਉੱਤੇ ਰਾਸ਼ੀਕਾ ਲਾ ਕੇ ਨਿਰਜਨ ਕਰ ਦਿੱਤਾ ਜੀ। ਕਿਹਾ ਉਹਨੇ ਸਿਰਫ ਇੰਨਾ ਕਿ ਵੇਖੋ ਜੀ, ਜਿਹੜੇ ਇਹ ਸਾਡੀ ਵੱਡੀਆਂ ਵੱਡੀਆਂ ਪਾ ਰਹੇ ਆ, CA ਵੱਡੀਆਂ ਪਾ ਰਿਹਾ, ਇਹ ਨਹੀਂ ਪੈਣੀਆਂ ਚਾਹੀਦੀਆਂ, ਤੇ ਮੋਟਾ ਭਾਈ ਸਾਡੇ ਨਾਲ ਬੇਇਨਸਾਫੀ ਕਰ ਰਿਹਾ ਵਾ, ਉਹ ਤਾਂ ਕੁਛ ਕਿਹਾ ਹੀ ਨਹੀਂ ਜੀ। ਲੇਕਿਨ ਉਹਦੇ ਉੱਤੇ ਪਹਿਲਾਂ ਫੜਕੇ ਅੰਦਰ ਕਰ ਦਿੱਤਾ ਗਿਆ, ਮੁੜ ਕੇ ਉਹਦੇ ਉੱਤੇ ਜਦੋਂ ਉਹ ਜਵਾਨਤ ਹੋ ਗਈ, ਮੁੜ ਕੇ ਫਿਰ ਜੇ ਕੇ ਫੜਕ ਅੰਦਰ ਕਰ ਦਿੱਤਾ ਗਿਆ, ਜਵਾਨਤ ਨਾ ਇਹਦੀ ਹੋਵੇ ਜੀ। ਤੇ ਜਿਹੜੇ ਅਸਲ ਅੰਦੋਲਨਕਾਰੀ ਨੇ, ਜਿਹੜੇ ਬੰਦੇ ਉੱਥੇ ਗੜਬੜ ਕਰ ਰਹੇ ਜਾ ਕੇ, ਉਹਨਾਂ ਨੂੰ ਤੁਸੀਂ ਜਿਹੜੀ ਅਫਸਰਸ਼ਾਹੀ ਜਿਹੜੀ ਉਹਨਾਂ ਦਾ ਸਵਾਗਤ ਕਰ ਰਹੀ ਵੀ ਤੁਸੀਂ ਆਓ, GM ਜੋ ਮਰਜ਼ੀ ਕਰੋ, ਤੁਹਾਨੂੰ ਪੁੱਛਦੇ ਕੋਈ ਨਹੀਂ ਹੈਗਾ। ਇਸ ਕਰਕੇ ਅਫਸਰਸ਼ਾਹੀ ਨੂੰ ਥੋੜਾ ਜਿਹਾ ਸੋਚਣਾ ਪਊਗਾ ਵੀ ਉਹ ਅਫਸਰਸ਼ਾਹੀ ਕਿਸੇ ਸਰਕਾਰ ਦੇ ਸੀ, ਉਹ ਜਨਤਾ ਦੇ ਸੇਵਕ ਨੇ, ਉਹਨਾਂ ਨੂੰ ਜਨਤਾ ਦੁਆਰਾ ਟੈਕਸ ਦਿੱਤੇ ਪੈਸੇ ਤੇ ਤਨਖਾਹ ਮਿਲਦੀ ਉਹਦੇ ਵਿੱਚੋਂ ਜੀ, ਤੇ ਵੋਟਾਂ ਦਾ ਧਰਵੀ ਕਰਨਾ ਤੇ ਕਰੇ BJP ਕਰੇ, ਤੁਸੀਂ ਉਹਦੇ ਪਾਰਟ ਕਿਉਂ ਬਣਦੇ? ਲੇਕਿਨ ਇਸ ਵੇਲੇ ਅਫਸਰਸ਼ਾਹੀ ਜਿਹੜੀ ਆ ਉਹ ਵੀ ਇੱਕ ਪਾਰਟੀ ਦਾ ਰੂਪ ਧਾਰਨ ਕਰ ਗਈ, ਜਿਹਦੇ ਕਰਕੇ ਦੇਸ਼ 'ਚ ਗੜਬੜ ਹੋ ਰਹੀ ਆ।
ਔਰ ਜੇ ਇਹਨਾਂ ਨੇ ਸਮੇਂ ਸਿਰ ਨਾ ਸੰਭਾਲਿਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਨਾ ਇਹ ਕਾਫੀ ਮੇਰੇ ਖਿਆਲ ਦਿੱਲੀ ਚ ਗੜਬੜ ਹੋ ਜਾਏਗੀ। ਇੱਕ ਜਾਣੇ ਵਾਲੀ ਸਾਹਿਬ ਮੇਰੇ ਕੋਲ ਸੁਣ ਰਿਹਾ ਸੀ ਵੀ ਅੱਜ ਤੇ ਉਹਨੇ ਦੱਸਿਆ ਵੀ ਉਹ ਉਹਨਾਂ ਦਾ ਇੱਕ ਕੋਈ ਦੋਸਤ ਸੀ 20 ਸਾਲ ਪੁਰਾਣੀ ਗੱਲ ਸੀ ਵੱਡਾ ਸੀ ਉਹਨਾਂ ਤੋਂ ਉਹਦੇ ਫਾਦਰ ਸੀ ਆਰਮੀ ਦੇ ਵਿੱਚ 1945 ਚ ਕਿਹਾ ਉਹਨਾਂ ਨੇ ਜੀ ਵੇਖੋ ਦੇਸ਼ ਤੇ ਆਜ਼ਾਦ ਜ਼ਰੂਰ ਹੋ ਜਾਏਗਾ 1947 ਤੁਸੀਂ ਵੰਡ ਲੈ ਲਿਓ ਲੇਕਿਨ ਇਹ ਆਪਣਾ 100 ਸਾਲ ਨਹੀਂ ਪੂਰਾ ਕਰ ਸਕੇਗਾ ਜੀ 100 ਸਾਲ ਤੱਕ ਜਾਂ ਇਹ ਗੁਲਾਮ ਹੋ ਜਾਏਗਾ ਜਾਂ ਕਈ ਕਈ ਟੋਟਿਆਂ ਚ ਵੰਡਿਆ ਜਾਵੇਗਾ ਤੇ ਉਹ ਜਿਹੜੀ ਬੁਨਿਆਦ ਉਹ ਰੱਖ ਦਿੱਤੀ ਗਈ ਹੈ ਇਹਨਾਂ ਨੇ ਬੀਜੇਪੀ ਨੇ ਰੱਖ ਦਿੱਤੀ ਗਈ ਹੈ ਹੁਣ ਇਹ ਵੰਡਿਆ ਜਾਂਦਾ ਜਾਂ ਨਹੀਂ ਵੰਡਿਆ ਲੇਕਿਨ ਇੱਕ ਫੌਜੀ ਅਧਿਕਾਰੀ ਦੀ ਇਹ ਵਰਲਡ ਹੈਗਾ ਜੀ ਫੌਜੀ ਅਫਸਰ ਦੀ ਜਿਹਨੇ ਇੰਨੀ ਗੱਲ ਕਹੀ ਹੈ ਤੇ ਅੱਜ ਬਿਲਕੁਲ ਜਿਸ ਤਰੀਕੇ ਨਾਲ ਸਾਡਾ ਚੱਲ ਰਿਹਾ ਦੇਸ਼ ਦੇ ਵਿੱਚ ਵੀ ਅਸੀਂ ਸੱਤਾ ਭੋਗਣੀ ਜੋ ਮਰਜ਼ੀ ਹੋ ਜਾਏ ਭਾਵੇਂ ਲੋਕ ਮਰਨ ਖਬਰ ਲੋਕ ਰਹਿਣ ਰਹਿਣ ਸਾਨੂੰ ਸੱਤਾ ਮਿਲਣੀ ਚਾਹੀਦੀ ਇਹ ਤੋਂ ਬਾਅਦ ਕੋਈ ਕੋਈ ਪ੍ਰਾਪਤੀ ਨਹੀਂ ਕਿਸੇ ਦੀ ਹੈਗੀ ਕੋਈ ਧਿਆਨ ਨਹੀਂ ਕਿਸੇ ਦਾ ਜੀ ਤੇ ਕਾਲ ਲੈ ਲਈਏ ਜੀ 1-9-64 ਤੇ ਆਉਂਦੇ ਰਹੋ ਫਿਰ ਅੱਗੇ ਚੱਲਦੇ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਕੌਣ ਸਾਹਿਬ ਬੋਲ ਰਹੇ ਕਿੱਥੇ ਬੋਲ ਰਹੇ ਹਾਂਜੀ ਮੈਂ ਦਵਿੰਦਰ ਗਵਰਨਮੈਂਟਨ ਤੋਂ ਮੈਂ ਪੁੱਛਣਾ ਸੀਗਾ ਵੀ ਜਿਵੇਂ ਇਹ ਲੀਡਰ ਕਰਦੇ ਹੀ ਇੱਕ ਮੁੱਦੇ ਨੂੰ ਸਟਾਉਂਦੀਆਂ ਤੇ ਦੂਜਾ ਮੁੱਦਾ ਉੱਪਰ ਦੀ ਵੱਡਾ ਮਤਲਬ ਇਸ ਤਰ੍ਹਾਂ ਦਾ ਕੁਛ ਵੀ ਕਰਨਾ ਪਏ ਲਿਆ ਦਿੰਦੇ ਆ ਵੀ ਟਰੰਪ ਦੀ ਫੇਰੀ ਨਾਲ ਅਸੀਂ ਬਾਹਲਾ ਮਤਲਬ ਲੋਕਾਂ ਨੇ ਪੁੱਛਣਾ ਸੀ ਵੀ ਕੀ ਸੱਚਿਆ ਕੀ ਸੁਣਾਇਆ ਜਾਂ ਕੀ ਹਿਸਾਬ ਤਾਂ ਵੀ ਇਹ ਤਾਂ ਆਪ ਕੱਟ ਕੇ ਮੁੜ ਗਿਆ ਹੋਣਾ ਇਹਦੇ ਨਾਲ ਜ਼ਿਆਦਾ ਚਲਾਕ ਲੱਗ ਰਿਹਾ ਇਸ ਤਰ੍ਹਾਂ ਜੀ ਪਰ ਉਹ ਚੀਜ਼ ਨੂੰ ਨਹੀਂ ਇਹਨਾਂ ਟਰੰਪ ਦੀ ਫੇਰੀ ਨੂੰ ਮਤਲਬ ਵੀ ਨਾਲ ਉਹ ਪੁੱਛਣ ਦੀ ਕੋਸ਼ਿਸ਼ ਕਰੇ ਤਾਂ ਉਹ ਚੀਜ਼ ਨੂੰ ਲੈ ਕੇ ਮਤਲਬ ਇੱਦਾਂ ਦਾ ਡਬਲ ਵੇਲਾ ਖੜਾ ਕਰਵਾ ਤਾ ਜਾਂ ਦਿੱਲੀ ਚਲੋ ਵੀ ਅੱਗ ਲਾ ਪਈ ਦਿੱਲੀ ਚ ਇਹਦੇ ਬਾਰੇ ਵੀ ਦਿਓ ਪਲੀਜ਼ ਥੈਂਕ ਯੂ ਜੀ ਪੱਟੀ ਸਾਹਿਬ ਕੀ ਕਹਿ ਤਾ ਭਲਾ ਟਰੰਪ ਕਹਿੰਦੇ ਜੀ ਜ਼ਿਆਦਾ ਖੱਟ ਕੇ ਚਲਾ ਗਿਆ ਇੱਥੋਂ ਇੱਧਰ ਨਾਲ ਨਹੀਂ ਉਹ ਤੇ ਵੇਖੋ ਆਪਾਂ ਕੱਲ ਵੀ ਡਿਸਕਸ ਕੀਤਾ ਸੀ ਟਰੰਪ ਨੇ ਆਪਣੀ ਸਪੀਚ ਚ ਕਿਹਾ ਵੀ ਸਾਡੇ ਕੋਲ ਮਿਜ਼ਾਈਲਾਂ ਨੇ ਜਿਹੜੀਆਂ ਬੜੀਆਂ ਕਾਰਗਰ ਮਿਜ਼ਾਈਲਾਂ ਨੇ ਅਸੀਂ ਕਿਸੇ ਹੋਰ ਨੂੰ ਨਹੀਂ ਦਿੱਤੀਆਂ ਜੀ ਸਾਡੇ ਕੋਲ ਹੈ ਲੜਾਕੇ ਹੈਲੀਕਾਪਟਰ ਨੇ ਜਿਹੜੇ ਅਸੀਂ ਕਿਸੇ ਹੋਰ ਨੂੰ ਨਹੀਂ ਦਿੱਤੇ ਸਾਡੇ ਕੋਲ ਵੈਪਨ ਨੇ ਜਿਹੜੇ ਕਿਸੇ ਹੋਰ ਨੂੰ ਨਹੀਂ ਦਿੱਤੇ ਸਾਡੇ ਕੋਲ ਵੱਡੇ ਵੱਡੇ ਜਹਾਜ਼ ਹੈਗੇ ਨੇ ਡਰੋਨ ਹੈਗੇ ਨੇ ਜਿਹੜੇ ਜਾ ਕੇ ਬਿਨਾਂ ਵਿਅਕਤੀ ਤੋਂ ਹਮਲਾ ਵੀ ਕਰਦੇ ਤੇ ਕਾਮਯਾਬੀ ਵੀ ਅਸਰ ਕਰਦੇ ਆ ਉਹ ਅਸੀਂ ਤੁਹਾਨੂੰ ਦੇਣੇ ਹੋਰ ਕਿਸੇ ਨੂੰ ਦੇਣੇ ਜੀ ਤੇ 22,000 ਕਰੋੜ ਦਾ ਉਹ ਇਸੇ ਗੱਲ ਦੇ ਹਥਿਆਰ ਵੇਚਣ ਦਾ ਤੇ ਹਥਿਆਰ ਖਰੀਦਣ ਦਾ ਜਿਹੜਾ ਸੀ ਉਹ ਸੌਦਾ ਕਰਕੇ ਚੱਲ ਗਿਆ ਜੀ ਕੀ ਉਹ ਵਿਨਾਸ਼ ਦਾ ਪ੍ਰਤੀਕ ਨੇ ਚਾਹੀਦਾ ਇਹ ਸੀ ਵੀ ਜੇ ਡੋਨਾਲਡ ਟਰੰਪ ਇੱਥੇ ਆਇਆ ਤਾਂ ਉਹ ਕਹਿੰਦਾ ਨਹੀਂ ਵੀ ਆਪਾਂ ਸ਼ਾਂਤੀ ਦਾ ਪੈਗਾਮ ਦੇਣਾ ਵਾ ਦੁਨੀਆਂ ਨੂੰ ਸ਼ਾਂਤੀ ਸ਼ਾਂਤੀ ਦੀ ਇੱਕ ਗੱਲ ਵੀ ਕੀਤੀ ਉਹਨੇ ਇਸਲਾਮਿਕ ਅੱਤਵਾਦ ਦੀ ਗੱਲ ਕੀਤੀ ਇਸਲਾਮਿਕਵਾਦ ਕਿੱਥੇ ਨੀ ਨਾਲੇ ਇੱਕ ਪਾਸੇ ਕਹਿ ਰਿਹਾ ਪਾਕਿਸਤਾਨ ਨੇ ਤਰੀਫ਼ ਕਰ ਰਿਹਾ ਵੀ ਸਾਡਾ ਦੋਸਤ ਆ ਪਾਕਿਸਤਾਨ ਦੂਜੇ ਪਾਸੇ ਇਸਲਾਮਿਕ ਅੱਤਵਾਦ ਦੀ ਗੱਲ ਕਰ ਰਿਹਾ ਵਾ ਕਹਿੰਦਾ ਬਗਦਾਦੀ ਮੈਂ ਮਾਰਤਾ ਆਈਐਸ ਮੈਂ ਖਤਮ ਕਰਤੀ ਸਭ ਕੁਛ ਮੈਂ ਖਤਮ ਕਰ ਦਿੱਤਾ ਉਹ ਖਤਮ ਕਰੋ ਲੇਕਿਨ ਦੁਨੀਆਂ ਦੇ ਵਿਕਾਸ ਦੀ ਗੱਲ ਕਰੋ ਨਾ ਕਿ ਵਿਨਾਸ਼ ਦੀ ਗੱਲ ਕਰੋ ਦੂਸਰੇ ਪਾਸੇ ਆਪਾਂ ਗੱਲ ਕਰ ਲਈਏ ਜਿਹੜੇ ਸਾਡੇ ਕਿਸਾਨ ਨੇ ਉਹ ਕੀ ਚਾਹੁੰਦਾ ਉਹਨਾਂ ਦਾ ਇਹ ਸੀਗਾ ਵੀ ਸਾਡੇ ਕੋਲੋਂ ਚਿਕਨ ਤੇ ਚੀਜ਼ ਤੁਸੀਂ ਮੁਰਗਾ ਜਿਹੜਾ ਮੁਰਗਾ ਮੀਟ ਤੇ ਨਾਲ ਸਾਡੇ ਕੋਲ ਤੁਸੀਂ ਪਨੀਰ ਖਰੀਦੋ ਤੇ ਸਾਡੇ ਕਿਸਾਨਾਂ ਨੂੰ ਫਾਇਦਾ ਹੋ ਸਕੇ ਉੱਥੋਂ ਦਾ ਹੁਣ ਸਰਕਾਰ ਇਹ ਕਰੀਏ ਵੀ ਜੇ ਤੁਹਾਡੇ ਕੋਲ ਅਸੀਂ ਖਰੀਦਿਆ ਸਾਡੇ ਕਿਸਾਨ ਉਧਰ ਰੁਜ਼ਗਾਰ ਹੋ ਜਾਣਗੇ ਅੱਗੇ ਬੇਰੁਜ਼ਗਾਰ ਨੇ ਇਸ ਕਰਕੇ ਸਰਕਾਰ ਇਹ ਮੰਨ ਰਹੀ ਨੇ ਕਿ ਦਬਾਅ ਪਾਇਆ ਜਾ ਰਿਹਾ ਵੀ ਤੁਸੀਂ ਸਾਡੇ ਕੋਲ ਚਿਕਨ ਤੇ ਚੀਜ਼ ਖਰੀਦੋ ਜੇ ਉਹ ਵੀ ਖਰੀਦ ਲਿਆ ਤੇ ਸਾਡੀ ਜਿਹੜੀ ਕਿਸਾਨੀ ਮਾੜੀ ਮੋਟੀ ਬਚੀ ਨਾ ਇਹ ਵੀ ਖਤਮ ਹੋ ਜਾਏਗੀ ਉਹ ਵੀ ਟਰੰਪ ਸਾਹਿਬ ਲੈ ਸਰਕਾਰ ਨੂੰ ਮੋਦੀ ਸਾਹਿਬ ਦਾ ਧਿਆਨ ਪੂਰਾ ਸੀ ਤੁਸੀਂ ਵੇਖਿਓ ਨਾ ਸਟੇਜ ਤੇ ਬੈਠੇ ਜਦੋਂ ਦੋ ਪੁੱਛੇ ਮਾਏ ਸੀ ਸਟੇਜ ਦੇ ਉੱਤੇ ਉਹਨਾਂ ਨੇ ਕੁਛ ਨਹੀਂ ਸੀ ਲਾਏ ਇੱਕ ਟਰੰਪ ਵਾਸਤੇ ਇੱਕ ਉਹਦੀ ਪਤਨੀ ਵਾਸਤੇ ਜੀ ਮੋਦੀ ਸਾਹਿਬ ਆਏ ਨੇ ਹੋ ਕੇ ਆਉਂਦੇ ਬੋਲਣ ਲੱਗ ਪਏ ਨੇ ਉਹ ਦੋਵੇਂ ਬੈਠ ਕੇ ਨੇ
ਜੋ ਟਰੰਪ ਉੱਠਿਆ ਤੇ ਮੋਦੀ ਸਾਹਿਬ ਦੇ ਕੁਰਸੀ ਦੇ ਪੈ ਗਏ। ਮੋਦੀ ਸਾਹਿਬ ਨੂੰ ਫਿਕਰ ਇਹ ਸੀਗਾ ਵੀ ਕਿਤੇ ਟਰੰਪ ਸਾਹਿਬ ਮੇਰੇ ਖਿਲਾਫ਼ ਕੋਈ ਗੱਲ ਕਰਕੇ ਮੇਰੀ ਕੀਤੀ ਕੱਤੀ ਪਾਂਝਾ ਫਿਰ ਦੇਣ। ਉਹ ਬੰਦਾ ਹੈਦਾਂ ਦਾ ਹੀ ਆ, ਪਤਾ ਨੀ ਕੀ ਕਹਿੰਦਾ, ਪਤਾ ਨੀ ਗੱਲ ਉਹ ਸਟੇਸ਼ਨ ਕਿਹੜਾ ਫੜ ਜੇ ਜਾਂਦੀ। ਉਹਦੇ 22 ਮਿੰਟ ਸਪੀਚ ਕਿੰਨੇ ਕਿ ਮੋਦੀ ਸਾਹਿਬ ਚਾਹੁੰਦੇ ਸੀ ਇਹ 5-4 ਮਿੰਟ ਬੋਲ ਕੇ ਕੰਮ ਖਤਮ ਕਰੇ, ਟੋਟਕਾ ਬਣਿਆ ਬਣਿਆ ਰਹੇ। ਦਾਦਾ ਪਤਾ ਹੀ ਹੁੰਦਾ ਨਾ ਆਪਣਿਆਂ ਦਾ। ਤੇ ਜਦੋਂ ਉਹਨੇ ਨੇ ਕੀਤੀ ਗੱਲ ਵੀ ਪਾਕਿਸਤਾਨ ਜਿਹੜਾ ਦੋਸਤ ਹੈ ਸਾਡਾ ਮਿੱਤਰ ਹੈ ਪਾਕਿਸਤਾਨ, ਤੇ ਉਦੋਂ ਵੇਖੋ ਨਾ ਟੀਵੀ ਚੈਨਲ ਕਿੰਨਾ ਰੋਂਦੇ ਸੀ ਪਿੜਦੇ ਸੀ ਇਹ ਗੱਲ ਕਿਉਂ ਕਿਹਾ ਗਿਆ ਜੀ, ਇਹ ਵੀ ਕਿਉਂ ਕਿਹਾ ਗਿਆ ਜੀ, ਪਾਕਿਸਤਾਨ ਅੱਤਵਾਦੀ ਦੇਸ਼ ਹੈ, ਵੱਖਵਾਦੀ ਦੇਸ਼ ਹੈ। ਪਾਕਿਸਤਾਨ ਦੇ ਵਿੱਚ ਤਾਲਿਬਾਨ ਨਾਲ ਸਮਝੌਤਾ ਹੋ ਰਿਹਾ, ਪਰਸੋਂ 29 ਤਰੀਕ ਨੂੰ ਸਮਝੌਤਾ ਹੋ ਰਿਹਾ, ਬਿਲਕੁਲ ਦੱਸਿਆ ਤੁਸੀਂ ਪਹਿਲਾਂ ਵੀ। ਹਾਂਜੀ ਹਾਂਜੀ, ਉਹ ਸਮਝੌਤੇ ਕਰਕੇ ਤੂੰ ਕਿਉਂ ਛੱਡੂਗਾ ਪਾਕਿਸਤਾਨ। ਨਾਲੇ ਵੇਖੋ ਜੀ, ਅੱਜ ਤੱਕ ਸਿਰਫ ਉਹਨੇ ਇੰਨੇ ਜਿੰਨੇ ਦੌਰੇ 20 ਦੌਰੇ ਕੀਤੇ ਸਿਰਫ ਇੰਨੀ ਯੂਰੋਪੀਅਨ ਕੰਟਰੀ ਦੇ ਕੀਤੇ ਆ, ਵਿਕਾਸਸ਼ੀਲ ਜਦੋਂ ਪਸੰਦ ਨਹੀਂ ਕਰਦਾ। ਸਿਰਫ ਇਹ ਸੀ ਵੀ ਇੱਥੇ ਵੋਟਾਂ ਹੈਗੀਆਂ ਸੀ, ਸਾਡੇ 45 ਲੱਖ ਲੋਕ ਜਿਹੜੇ ਇੰਡੀਆ ਦੇ ਉੱਥੇ ਰਹਿੰਦੇ ਨੇ ਜੀ, ਜਿਨ੍ਹਾਂ ਦੇ ਵਿੱਚੋਂ 15 ਲੱਖ ਦੀਆਂ ਵੋਟਾਂ ਹੈਗੀਆਂ ਨੇ, ਉਹਦੇ ਵਿੱਚੋਂ 7 ਲੱਖ ਵੋਟਾਂ ਇਕੱਲੇ ਗੁਜਰਾਤੀਆਂ ਦੇ ਨੇ ਜੀ। ਉਹ ਤੇ ਵੋਟਾਂ ਲੈਣ ਆਇਆ ਸੀ, ਮੈਨੂੰ ਵੋਟਾਂ ਪਵਾ ਦੇ, ਬਾਕੀ ਕੋਈ ਗੱਲ ਨੀ ਹੈਗੀ ਜੀ, ਕੋਈ ਹਮਦਰਦੀ ਕਿਸੇ ਨਾਲ ਨਹੀਂ ਹੈਗੀ, ਆਪਣਾ ਸਮਾਨ ਵੇਚਣ ਆਇਆ ਸੀ ਤੇ ਵੋਟਾਂ ਲੈਣ ਆਇਆ ਸੀ, ਉਹਦਾ ਕੋਈ ਹਮਦਰਦੀ ਕਿਸੇ ਦੇਸ਼ ਨਾਲ ਨਹੀਂ ਹੈਗੀ। ਜਾਂ ਉਹ ਕਾਬਲ ਚ ਗਿਆ ਸੀਗਾ ਉਦੋਂ ਆਪਣੇ ਫੌਜੀ ਨੂੰ ਮਿਲ ਕੇ ਵਾਪਸ ਆ ਗਿਆ ਸੀ, ਕਿਸੇ ਸਰਕਾਰ ਨੂੰ ਨੀ ਮਿਲਿਆ, ਜਾਂ ਇੱਥੇ ਹੁਣ ਆਇਆ ਤੇ ਇੱਥੇ ਆਪਣਾ ਮਾਲ ਵੇਚ ਕੇ ਚਲ ਗਿਆ ਜੀ, ਬਾਕੀ ਤਾਂ ਕੁਛ ਕੀਤਾ ਨੀ ਇੱਥੇ। ਬਿਲਕੁਲ ਬਿਲਕੁਲ, ਕਾਲ ਲੈ ਲਈਏ ਜੀ, 1-92-164 ਤੇ ਆਉਣੇ ਰਹੋ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕੌਣ ਸਾਹਿਬ ਬੋਲ ਰਹੇ? ਜਗਜੀਤ ਜੀ। ਵੀਰੇ, 84 ਤੋਂ ਬਾਅਦ ਵੀ ਕੋਈ ਗੌਰਮੈਂਟ ਨੇ ਏਦਾਂ ਦਾ ਨੀ ਬਣਾਇਆ ਵੀ ਜਿਹੜੀ ਰਿਜ਼ਰਵ ਫੋਰਸ ਏਦਾਂ ਦੀ ਕੋਈ ਹੋਵੇ ਦਿੱਲੀ ਚ, ਜਿਹਦੇ ਚ ਹਰੇਕ ਰੰਗ ਨਸਲ ਦਾ ਲੋਕ ਹੋਣ, ਇੱਕੋ ਜਿਹੀ ਗਿਣਤੀ ਹੋਵੇ, ਫੇਰ ਤਾਂ ਕੋਈ ਸ਼ਾਇਦ ਦੰਗਿਆਂ ਨੂੰ ਰੋਕਿਆ ਜਾ ਸਕਦਾ। ਹੁਣ ਉੱਥੇ ਇੱਕ ਧਰਮ ਦੇ ਜਾਂ ਪੁਲਿਸ ਵੀ ਹੈਗੀ ਆ, ਵੀਡੀਓ ਆ ਰਹੀਆਂ ਨੇ, ਉਹ ਬਣਾ ਰਹੇ ਆ ਵੀ ਕਹਿੰਦਾ ਆ ਜਾਓ ਹਿੰਦੂ ਭਾਈ, ਉਹ ਨਾਲੇ ਗਾਲਾਂ ਕੱਢਦਾ, ਕਹਿੰਦਾ ਪੁਲਿਸ ਸਾਡੇ ਨਾਲ ਆ, ਫਿਰ ਆਪਾਂ ਕਿਵੇਂ ਕਹਿ ਸਕਦੇ ਰੋਕ ਸਕਦੇ ਆ? ਜਾਂ ਜਿਵੇਂ ਹੁਣ ਦੰਗੇ ਮੁਸਲਮਾਨਾਂ ਦੇ ਖਿਲਾਫ਼ ਹੋ ਰਹੇ ਆ, ਚਾਹੀਦਾ ਉੱਥੇ ਕੋਈ ਨਿਊਟਰਲ ਜਿਹੜੀ ਹੈਗੀ ਆ ਕਮਿਊਨਿਟੀ ਦੇ ਲੋਕ, ਜਾਂ ਜਿਵੇਂ ਸਿੱਖ ਲਾ ਲਓ ਜਾਂ ਕੋਈ ਈਸਾਈ ਲਾ ਲਓ, ਓਦਾਂ ਦੇ ਲਾਏ ਜਾਣ ਜਿਹੜੇ ਦੋਨਾਂ ਧਿਰਾਂ ਨੂੰ ਇੱਕੋ ਜਿਹਾ ਰੱਖਣ, ਹੈ ਨਾ? ਜੇ ਉੱਥੇ ਫੋਰਸ ਵੀ ਕੱਲ੍ਹ ਨੂੰ ਹਿੰਦੂ ਲਾਉਂਦੇ ਆ ਤਾਂ ਉਹ ਆਪਾਂ ਕਿਵੇਂ ਕਹਿ ਸਕਦੇ ਵੀ ਉਹਨਾਂ ਦੀ ਤਾਂ ਸਿਕਿਉਰਿਟੀ ਦੇਣੀ ਆ ਉਹਨਾਂ ਨੇ ਰੋਕਣਾ, ਤਾਂ ਜੇ ਮੁਸਲਮਾਨਾਂ ਨੂੰ ਰੋਕਣਗੇ ਹਿੰਦੂਆਂ ਦਾ ਸਿਕਿਉਰਿਟੀ ਦੇਣਗੇ ਉਹ, ਤੁਹਾਡਾ ਇਹਦੇ ਬਾਰੇ ਕੀ ਕਹਿਣਾ ਜੀ? ਪੱਟੀ ਸਾਹਿਬ, ਜਿੱਥੋਂ ਤੱਕ ਤੁਸੀਂ ਗੱਲ ਕੀਤੀ ਤੁਹਾਡੀ ਗੱਲ ਠੀਕ ਆ ਜੀ, ਲੇਕਿਨ ਫੋਰਸਸ ਤੇ ਹੈਗੀਆਂ, ਤੁਹਾਨੂੰ ਪਤਾ ਤਾਂ 3 ਦਿਨ ਜਦੋਂ 84 ਦੇ ਵਿੱਚ ਜਿਹੜੇ ਸਿੱਖਾਂ ਦਾ ਕਤਲੇਆਮ ਹੋਇਆ ਸੀ ਤੇ 4th day ਮੁੜ ਕੇ ਇਹਨਾਂ ਨੇ ਆਰਮੀ ਲਾ ਦਿੱਤੀ ਸੀ, 1 ਘੰਟੇ ਸਾਰਾ ਕੰਟਰੋਲ ਹੋ ਗਿਆ ਸੀ। ਆਰਮੀ ਦਾ ਕੰਟਰੋਲ ਕਰਨਾ ਉਹ ਨੀ ਵਹਿੰਦੀ ਮੈਂ ਹਿੰਦੂ ਹਾਂ ਮੈਂ ਮੁਸਲਮਾਨ, ਉਹਨੂੰ ਕੋਈ ਨੀ ਫਰਕ ਪੈਂਦਾ ਇਹਦੇ ਨਾਲ, ਤੇ ਆਰਮੀ ਨੇ ਗੋਲੀ ਚਲਾਤੀ ਉਹਦੀ ਕੋਈ ਇਨਕੁਆਇਰੀ ਨੀ ਹੈਗੀ, ਪੁਲਿਸ ਨੇ ਗੋਲੀ ਚਲਾਈ ਉਹਦੀ ਇਨਕੁਆਇਰੀ ਹੁੰਦੀ ਆ, ਆਰਮੀ ਨੇ ਜੋ ਕਰਤਾ ਠੀਕ ਕਰਤਾ। ਇਸ ਕਰਕੇ ਜੇ ਕਿਤੇ ਸਹੀ ਲਫ਼ਜ਼ਾਂ ਦੇ ਵਿੱਚ ਕੰਮ ਕਰ ਦਿੱਤਾ ਜਾਵੇ, ਇੰਨੀ ਗੱਲ ਨੀ ਅਫਸਰ ਨੀ ਹੈਗੇ, ਅਫਸਰ ਬੜੇ ਹਿੰਦੂਇਜ਼ਮ ਦੇ ਹਿੰਦੂਆਂ ਦੇ ਵਿੱਚ ਬੜੇ ਵਧੀਆ ਅਫਸਰ ਹੈਗੇ ਨੇ ਜਿਹੜੇ ਦੇਸ਼ ਦੇ ਵਿਕਾਸ ਦੀ ਗੱਲ ਕਰਦੇ, ਇਮਾਨਦਾਰੀ ਦੀ ਗੱਲ ਕਰਦੇ, ਇੱਕ ਨੀ ਬੜੇ ਵਧੀਆ ਅਫਸਰ ਹੈਗੇ। ਨਾਲੇ ਪੱਟੀ ਸਾਹਿਬ ਹੈ ਤਾਂ ਇੱਕ ਬੜੀ ਇਸ ਮਾਮਲੇ ਦੇ ਉੱਤੇ ਕਹਿੰਦੇ ਵੀ ਕੋਈ ਹਲਕੀ ਫੁਲਕੀ ਗੱਲ ਨਹੀਂ ਕਰਨੀ ਚਾਹੀਦੀ, ਪਰ ਮੁੱਲਾ ਨਸਰੂਦੀਨ ਕਿਵੇਂ ਇੱਕ ਕਰੈਕਟਰ ਜਿਹੜਾ ਬਣਿਆ ਹੋਇਆ ਉਹਦੇ ਬਾਰੇ ਇੱਕ ਮੈਂ ਪੜ੍ਹ ਰਿਹਾ ਸੀ, ਕਹਿੰਦੇ ਕਿ ਕੋਈ ਪਿੰਡ ਦੇ ਵਿੱਚ ਨਾ ਨਸਬੰਦੀ ਕਰਾਉਣ ਵਾਲੇ ਜਿਹੜੇ ਸੀਗੀ ਟੀਮ ਚਲੀ ਗਈ, ਉੱਥੇ ਬੋਲਣ ਲੱਗ ਪਈ ਕਹਿੰਦੇ ਵੀ ਤੁਸੀਂ ਨਸਬੰਦੀ ਕਰਾਓ ਜੀ, ਤੁਸੀਂ ਬੱਚੇ ਘੱਟ ਪੈਦਾ ਕਰੋ, ਹੋਰ ਕਰੋ। ਉਹ ਮੁੱਲਾ ਨਸਰੂਦੀਨ ਉਹਨੂੰ ਕਹਿੰਦਾ ਵੀ ਦੱਸ ਵੀ ਤੂੰ ਕਰਾਈ ਆ? ਕਹਿੰਦਾ ਮੈਂ ਨਹੀਂ ਕਰਾਈ। ਕਹਿੰਦਾ ਤੇਰੇ ਅਫਸਰ ਨੇ ਕਰਾਈ ਆ? ਕਹਿੰਦੇ ਉਹਨੇ ਨਹੀਂ ਕਰਾਈ। ਕਹਿੰਦਾ ਉਦੂ ਵੱਡੇ ਨੇ? ਕਹਿੰਦਾ ਨਹੀਂ। ਜਿਹੜਾ ਡਾਕਟਰ ਨਸਬੰਦੀ ਕਰੂਗਾ ਉਹਨੇ? ਕਹਿੰਦਾ ਨਹੀਂ। ਕਹਿੰਦਾ ਫਿਰ ਤੁਸੀਂ ਸਾਡੀ ਕਿਉਂ ਕਰਾਉਣਾ ਹੋ?
ਕਹਿੰਦਾ ਅਸੀਂ ਪੜ੍ਹੇ ਲਿਖੇ ਹੈ, ਪੜ੍ਹੇ ਲਿਖੇ ਹੋਣ ਕਰਕੇ ਅਸੀਂ ਪਰਿਵਾਰ ਨਿਯੋਜਨ ਕਰ ਲਿਆ, ਤੁਸੀਂ ਨਹੀਂ ਕਰਦੇ। ਕਹਿੰਦਾ ਫਿਰ ਤੁਸੀਂ ਸਾਨੂੰ ਪੜ੍ਹਾਉਂਦੇ ਕਿਉਂ ਨਹੀਂ? ਸੋ ਕਹਿਣ ਤੋਂ ਮਤਲਬ ਇਹ ਹੈ ਕਿ ਅਸਲ ਦੇ ਵਿੱਚ ਜ਼ਰੂਰਤ ਤੋਂ ਜ਼ਿਆਦਾ ਕੱਟੜਪੰਥੀ ਵੀ ਕਿਸੇ ਕਮਿਊਨਿਟੀ ਨੂੰ ਪਿੱਛੇ ਲੈ ਜਾਂਦੀ ਹੈ। ਜੇਕਰ ਭਾਰਤੀ ਫੋਰਸਿਸ ਦੇ ਵਿੱਚ ਦੇਖੀਏ ਤਾਂ ਮੁਸਲਮਾਨ ਕਮਿਊਨਿਟੀ ਦਾ ਰੁਝਾਨ ਬਹੁਤ ਘੱਟ ਹੈ ਫੋਰਸਿਸ ਦੇ ਵਿੱਚ ਭਰਤੀ ਵਾਸਤੇ। ਇਹ ਵੀ ਇੱਕ ਬਹੁਤ ਵੱਡੀ ਉਹਦੇ ਦੋ ਤਿੰਨ ਕਾਰਨ ਨੇ। ਪਹਿਲੀ ਕਾਰਨ ਤੇ ਜਿਹੜੇ ਮੁਸਲਮਾਨ ਨਾ ਉਹ ਜ਼ਿਆਦਾ ਵਪਾਰੀ ਨੇ ਜੀ ਜਾਂ ਕਾਰਜ ਕੰਮ। ਹਾਂਜੀ, ਜੇ ਤੁਸੀਂ ਪਾਕਿਸਤਾਨ ਗੁਜਰਾਤ ਚਲ ਜੇ ਉੱਥੇ ਮੁਸਲਮਾਨਾਂ ਤੇ ਹਿੰਦੂਆਂ ਦੇ ਬਿਜ਼ਨਸ ਸਾਂਝੇ ਨੇ ਜੀ। ਜਦੋਂ 2002 ਦੇ ਵਿੱਚ ਅਸੀਂ ਮੁਸਲਮਾਨਾਂ ਦਾ ਕਤਲੇਆਮ ਹੋਇਆ, ਇੱਕ ਟਰੱਕ ਜਾ ਰਿਹਾ ਵਾ, ਉਹ ਵੇਖਿਆ ਜੀ ਕੌਣ ਹੈ, ਆਪਣਾ ਕਾਰਡ ਵਿਖਾ ਵੀ ਆਪਣੇ ਜਿਹੜਾ ਡਰਾਈਵਿੰਗ ਲਾਇਸੈਂਸ ਵਿਖਾ, ਉਹਦਾ ਨਾਂ ਵੇਖ ਕੇ ਉਹਨੂੰ ਮਾਰਿਆ ਗਿਆ। ਦਰਦਨਾਕ ਮੌਤ ਕੀ ਹੁੰਦੀ ਆ, ਬਕਾਇਦਾ ਤੌਰ ਤੇ ਡਰਿਲ ਲਿਆਂਦੀ, ਛੇਕ ਕੀਤਾ ਗਿਆ, ਛੇਕ ਕਰਕੇ ਮਾਰਿਆ। ਦੱਸੋ ਕੀ ਕਰੋਗੇ ਉੱਥੇ ਤੁਸੀਂ? ਤੇ ਉਹ ਜਿਹੜਾ ਇੱਕ ਰਜੀਵ ਭੱਟ ਸੀਗਾ ਜੀ, ਉੱਥੇ ਆਈ ਪੀ ਐਸ ਅਫਸਰ ਸੀਗਾ, ਆਪਣੇ ਦਾ ਹਿੰਦੂਆਂ ਦਾ ਹੀ ਸੀਗਾ, ਹਿੰਦੂ ਸੀਗਾ, ਉਹ ਡਟ ਕੇ ਲੜਿਆ। ਉਹ ਕਹਿੰਦਾ ਨਹੀਂ, ਮੈਂ ਇੱਥੇ ਕਤਲਾ ਨਹੀਂ ਹੁੰਦਾ ਆਪਣੇ ਨੱਕ ਦੇ ਵਿੱਚ। ਉਸ ਬੰਦੇ ਨੂੰ ਅਜੇ ਤੱਕ ਇਹਨਾਂ ਨੇ ਗੱਦੀ ਗੇੜ ਚ ਪਾਇਆ, ਕਦੀ ਜੇਲ੍ਹ ਚ, ਕਦੀ ਬਾਹਰ, ਕਦੀ ਜੇਲ੍ਹ ਚ, ਕਦੀ ਬਾਅਦ ਚ, ਕਦੀ ਕਦੀ ਉਹਦੀ ਸਟੋਰੀ ਵੀ ਅਖਬਾਰ ਛੱਪਦੀ ਕਿ ਰਜੀਵ ਭੱਟ ਨੂੰ ਬਚਾਓ ਜੀ। ਬਿਲਕੁਲ ਬਿਲਕੁਲ, ਇਹਨਾਂ ਲੱਜ ਜੱਜ ਲੋਹਿਆ ਮਾਰਤਾ, ਇਹਨਾਂ ਸ਼ਾਬੂ ਦੀ ਨੀ ਮਾਰਤਾ, ਜਿਹੜਾ ਇਹਦਾ ਮੁਨਸ਼ੀ ਹੁੰਦਾ ਸੀ ਆਪਣੇ ਅਮਿਤ ਸ਼ਾਹ ਦਾ, ਬਾਕੀ ਕੀ ਰਹਿ ਗਿਆ? ਬਿਲਕੁਲ, ਇਸ ਕਰਕੇ ਇਹੋ ਜਿਹੇ ਬੰਦੇ ਹਿੰਦੂਆਂ ਦੇ ਵਿੱਚ ਵੀ ਹੈਗੇ ਜਿਹੜੇ ਇਨਸਾਫ ਚਾਹੁੰਦੇ ਨੇ। ਰਜੀਵ ਭੱਟ ਕਹਿੰਦਾ ਉਹਨੇ ਨੌਕਰੀ ਛੱਡਤੀ, ਸਭ ਕੁਛ ਹੋ ਗਿਆ, ਉਹਦੀ ਘਰਦੀ ਕਹਿੰਦੀ ਤੂੰ ਲੱਗਾ ਚੱਲ ਕੋਈ ਗੱਲ ਨੀ, ਆਪਾਂ ਪਿੱਛੇ ਨੀ ਇਤਨਾ, ਲੋਕਾਂ ਨੂੰ ਇਨਸਾਫ ਦਵਾ ਕੇ ਜਿੱਥੇ ਗਵਾਹੀ ਦੀ ਕਰਦੇ ਕਿ ਅਗਵਾਈ ਤੂੰ ਕੋਈ ਗੱਲ ਨੀ, ਕੁਛ ਨੀ ਹੁੰਦਾ, ਕੁਛ ਨੀ ਹੁੰਦਾ, ਚੱਲ ਕੁਛ ਨਾ ਕੁਛ ਕੁਦਰਤ ਵੀ ਦੇਖੀਏ ਨਾ ਸੁਣਨ ਵਾਲੀ। ਹਾਂ ਬਿਲਕੁਲ ਬਿਲਕੁਲ। ਇੱਕ ਕਾਲ ਲੈ ਲਈਏ ਜੀ, 9164 ਤੇ ਆਨਲਾਈਨ, ਕੌਣ ਸਾਹਿਬ ਬੋਲਦੇ, ਕਿੱਥੋਂ ਬੋਲ ਰਹੇ ਜੀ? ਸਤਿ ਸ਼੍ਰੀ ਅਕਾਲ ਜੀ, 9164 ਤੇ ਆਉਣੇ ਰਹੋ। ਪੱਟੀ ਸਾਹਿਬ, ਫਿਰ ਸਾਣ ਫਿਰ ਬੇਕਾਬੂ ਨਜ਼ਰ ਆ ਰਹੇ ਨੇ ਜੀ, ਕੀ ਘਟਨਾ? ਕਹਿੰਦੇ ਵਿਚਾਰਾ ਫੋਟੋਗ੍ਰਾਫਰ ਹੀ ਇਸ ਦੁਨੀਆਂ ਤੋਂ ਰੁਖਸਤ ਹੋ ਗਿਆ, ਉਹਦੀ ਫੇਟ ਕਾਰਨ ਕਿੱਥੋਂ ਦਾ ਮਾਮਲਾ? ਇਹ ਮਾਮਲਾ ਹੈਗਾ ਜੀ, ਮੇਰੇ ਕੋਲ 40 ਲਾਗੇ ਕੋਈ ਹੈਗਾ ਮਾਮਲਾ, ਉਹ ਬੰਦਾ ਆਪਣੇ ਘਰੋਂ ਬਾਹਰ ਨਿਕਲਿਆ, ਨਿਕਲ ਕੇ ਉਹਨੇ ਸੋਚਿਆ ਵੀ ਮੈਂ ਜਰਾ ਥੋੜਾ ਜਿਹਾ ਆਪਣੇ ਪਿਸ਼ਾਬ ਸ਼ੁਰੂ ਕਰ ਲਾ, ਤੇ ਬਾਹਰ ਸਾਂਝ ਜਿਹੜੇ ਸੀ ਉਹ ਭਿੜਦੇ ਸੀ, ਉਹਨਾਂ ਸਾਹ ਮੈਨੂੰ ਘੇਰ ਲਿਆ ਤੇ ਉਹਨੂੰ ਮਾਰਿਆ ਚੁੱਢ ਤੇ ਉਹਦੀ ਵਿਚਾਰੇ ਠੋਡੀ ਤੇ ਸੱਟ ਲੱਗ ਗਈ, ਢੋਣ ਤੇ ਸੱਟ ਲੱਗ ਗਈ ਜੀ। ਤੇ ਜਦੋਂ ਉਹਨੂੰ ਵਿਚਾਰੇ ਨੂੰ ਲੈ ਕੇ ਗਏ ਜਿਹੜੇ ਸੀ ਲੋਕ ਹੋਸਪਿਟਲ ਲੈ ਕੇ ਗਏ ਤੇ ਡਾਕਟਰਾਂ ਕਹਿੰਦਾ ਵੀ ਤੇ ਵਿਚਾਰਾ ਮਰ ਚੁੱਕਾ ਜੀ। ਅੱਛਾ ਜੀ। ਇਸੇ ਤਰ੍ਹਾਂ ਪਟਿਆਲਾ ਭਾਰਸੋਂ ਰੋਡ ਦੇ ਉੱਤੇ ਇੱਕ ਵੇਖੋ ਜਿਹੜਾ ਸਾਡੇ ਹੈਗਾ ਸੀ ਨੱਚ ਲੈਂਦੇ ਆ, ਇੱਕ ਨੌਜਵਾਨ ਜਾ ਰਿਹਾ ਸੀ ਆਪਣੇ ਉਹਦੇ ਤੇ ਮੋਟਰਸਾਈਕਲ ਦੇ ਉੱਤੇ ਜੀ, ਤੇ ਅਗਲੇ ਪਾਸੇ ਜਿਹੜੀ ਸੀ ਉਹ ਹਨੇਰੇ ਚ ਗਾਂ ਆ ਗਈ, ਗਾਵਾਂ ਆ ਗਈਆਂ, ਤੇ ਉਹਦੇ ਆਉਣ ਕਰਕੇ ਜਿਹੜਾ ਸੀ ਉਹ ਨੌਜਵਾਨ ਦਾ ਜਿਹੜਾ ਸੀ ਉਹਦੇ ਵਿੱਚ ਵੱਜਿਆ ਤੇ ਉਹਦੀ ਮੌਤ ਹੋ ਗਈ। ਇੱਕ ਪਾਸੇ ਸਾਡੇ ਕੋਲ ਤੁਸੀਂ ਗਊ ਸੈਸ ਲੈਂਦੇ ਹੋ, ਗਊਆਂ ਦੀ ਸੰਭਾਲ ਕਰਨ ਦੀ ਗੱਲ ਕਰਦੇ, ਜੇ ਨਹੀਂ ਸੰਭਾਲ ਕਰ ਸਕਦੇ ਤੇ ਗਊ ਸੈਸ ਨਾ ਲਓ। ਕਿਸਾਨਾਂ ਨੇ ਬਿਲਕੁਲ ਸਹੀ ਮੰਗ ਕੀਤੀ ਸੀ ਵੀ ਭਾਈ ਸਾਨੂੰ ਤੁਸੀਂ ਦੇ ਦਿਓ ਜੋ ਤੁਸੀਂ ਕਰਦੇ ਹੋ, ਜੋ ਤੁਸੀਂ 60 ਕਰੋੜ ਰੁਪਇਆ ਸਾਲ ਦਾ ਇਕੱਠਾ ਕਰਨਾ ਗਊ ਸੈਸ ਜੀ, ਉਹ ਸਾਨੂੰ ਦੇ ਦਿਓ, ਅਸੀਂ ਗਊ ਧਰੀ ਫਿਰ ਸੰਭਾਲ ਦਿਆਂਗੇ। ਪਿੱਛੇ ਜੇ ਤੁਹਾਨੂੰ ਪਤਾ ਵੀ ਉਹ ਇੱਕ ਜਿਹੜੇ ਕਿਸਾਨ ਸੀ ਇੱਕ ਜ਼ਿਲ੍ਹੇ ਦੇ ਛੱਡ ਵੀ ਗਏ ਸੀ ਆ ਕੇ ਸਿਰ ਨੂੰ ਤੇ ਆਪਣੇ ਨਕਲੇ ਦੇ ਪਸ਼ੂ ਛੱਡ ਗਏ, 1000 ਗਾਵਾਂ ਤੇ ਡੰਗਰ ਛੱਡ ਗਏ ਸੀ, ਵਾਲਾ ਜਿਹੜੇ ਹੈਗੇ ਸੀ ਜੀ,
ਅਜੇ ਤੱਕ ਉਹ ਸਰਕਾਰ ਕੋਲ ਸੰਭਾਲੀ ਨਹੀਂ ਗਈ, ਕਿੱਥੇ ਤੁਰੇ ਫਿਰਦੇ ਕਿੱਥੇ ਤੁਰੇ ਫਿਰਦੇ। ਇਸ ਕਰਕੇ ਇਹ ਜਿਹੜੀ ਮੌਤ ਹੋਈ ਆ ਸਾਨਾਂ ਦੇ ਕਰਕੇ ਹੋਈ ਆ, ਸਨ ਅੱਜ ਹਰ ਜਗ੍ਹਾ ਦੰਦਲਾਂ ਦੇ ਫਿਰਦੇ ਆ, ਗਾਵਾਂ ਜਿਹੜੀਆਂ ਅਵਾਰਾ ਤੁਰੀਆਂ ਫਿਰਦੀਆਂ, ਕੋਈ ਪੁੱਛਣ ਵਾਲਾ ਨਹੀਂ। ਕਿਸਾਨ ਵਿਚਾਰੇ ਆਪਣੇ ਖੇਤਾਂ ਚ ਬੈਠੇ ਹੁੰਦੇ ਕਿ ਇਹਨੂੰ ਕੋਈ ਅਸੀਂ ਫਸਲ ਜਿਹੜੀ ਉੱਜੜਨੀ ਹੈ ਉਹ ਬਚਾਉਣੀ ਕਿਵੇਂ ਅਸੀਂ, ਤੇ ਇਹਨਾਂ ਪਾਸੇ ਧਿਆਨ ਦੇਣਾ ਚਾਹੀਦਾ। ਹੁਣ ਉਹਦੇ ਬਾਰੇ ਜਿਹੜਾ ਮੁੰਡਾ ਮਾਰਿਆ ਗਿਆ ਉਹ ਫੋਟੋਗ੍ਰਾਫਰ ਸੀ, ਹੁਣ ਲੋਕ ਇਕੱਠੇ ਹੋਏ ਨੇ, ਇਹਨੇ ਮਜ਼ਾਰਾ ਕੀਤਾ ਉੱਥੇ ਵੀ ਭਾਈ ਇਹ ਤਾਂ ਗਰੀਬਾ, ਸੋਚੋ ਕਿਦਾਂ ਕੁਛ, ਇਹਦੇ ਨਿੱਕੇ ਨਿੱਕੇ ਬੱਚੇ ਨੇ, ਇਹ ਮਾਰਿਆ ਗਿਆ, ਇਹਦਾ ਪਿਓ ਦੀ ਪਹਿਲਾਂ ਡੈਥ ਹੋਈ ਹੈ, ਕਿ ਹੁਣ ਤੁਸੀਂ ਇਹਨੂੰ ਬਚਾਓ, ਇਹਦੇ ਘਰ ਨੂੰ ਕਿਵੇਂ ਪਾਲਣ ਪੋਸ਼ਣ ਕਰਨਾ ਵਾ, ਇਹਦੀ ਸਰਕਾਰੀ ਮਦਦ ਕੀਤੀ ਜੇ, ਮਦਦ ਕਿਹਨੇ ਕਰਨੀ, ਕਿਸੇ ਨੀ ਕਰਨੀ। ਤੇ ਖਬਰ ਆ ਰਹੀ ਹੈ ਜੀ ਪੱਟੀ ਪੱਟੀ ਸਾਹਿਬ ਕੀ ਕੱਲ ਜਿਹੜਾ ਦਿੱਲੀ ਦਾ ਸਰ ਇੱਕ ਸ਼ਹੀਦ ਜਿਹੜਾ ਸੀਗਾ ਹੋ ਗਿਆ ਸੀਗਾ ਪੁਲਿਸ ਦਾ ਕਾਂਸਟੇਬਲ ਰਤਨ ਲਾਲ, ਹਾਂਜੀ ਰਤਨ ਚੰਦ, ਉਹਦੇ ਪਰਿਵਾਰ ਨੂੰ 1 ਕਰੋੜ ਰੁਪਇਆ ਮੁਆਵਜ਼ਾ ਅਤੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦਾ ਐਲਾਨ ਕੀਤਾ ਜੀ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਹੋਰਾਂ ਨੇ। ਚਲੋ ਜੀ ਚੰਗੀ ਗੱਲ, ਸਗੋਂ ਇੱਕ ਬਹਾਨਾ ਬਣ ਗਿਆ ਵੀ ਜਿਹੜੇ ਬੰਦੇ ਬਾਕੀ ਮਾਰੇ ਗਏ ਉਹਨੂੰ ਅਦਾਲਤ ਆਪੇ 1 ਕਰੋੜ ਰੁਪਏ ਦਵਾਏਗੀ ਹੁਣ। ਹਾਂ ਬਿਲਕੁਲ ਜੀ, ਵਪਾਰ ਤਬਾਹਿਆ ਉਹਨਾਂ ਦੇ ਵਪਾਰ ਤੇ ਭਰਪਾਈ ਕੀਤੀ ਜਾਵੇ, ਇਹ ਸਭ ਤੋਂ ਵੱਡੀ ਗੱਲ ਜੀ। 1984 ਸਿੱਖ ਹਲਾਲ ਨੀ ਬਣਨ ਜੋ ਵਰਦੀ ਹੋਈ ਸੀ, ਅਦਾਲਤਾਂ ਵਧੀਆ ਸਟੈਂਡ ਇਸ ਲਈ ਸਭ ਤੋਂ ਵੱਡੀ ਗੱਲ ਹੈ ਜੀ। ਹੁਣ ਤੱਕ ਕੈਮਰੇ ਹੈਗੇ ਨੇ, ਮੋਬਾਈਲ ਹੈਗੇ ਨੇ, ਸੀਸੀਟੀਵੀ ਹੈ, ਕਿੰਨੇ ਕੁ ਭੰਨ ਲਓਗੇ? ਮੇਰਾ ਖਿਆਲ ਹੈ ਆਪਣਾ ਵੀ ਜਿੱਦਾਂ ਹੁਣ ਆਪਾਂ ਵਾਰ ਵਾਰ ਕਦੇ ਹਿੰਦੂ ਸਿੱਖ ਮੁਸਲਮਾਨ ਜਾਂ ਪਹਿਲਾਂ 84 ਚ ਕਿਸੇ ਰਾਜਨੀਤਿਕ ਪਾਰਟੀ ਦੇ ਨਾਮ ਦਾ ਇਲਜ਼ਾਮ ਲਾ ਦੇਣਾ ਜਾਂ ਹਿੰਦੂ ਸਿੱਖ ਮੁਸਲਮਾਨ, ਮੈਨੂੰ ਲੱਗਦਾ ਬਈ ਸਾਨੂੰ ਉਹ ਚੀਜ਼ ਨੂੰ ਅੱਜ ਦੇ ਸਮੇਂ ਦੇ ਵਿੱਚ ਦੇਖੋ ਹਿੰਦੂ ਸਿੱਖ ਮੁਸਲਮਾਨ ਜਾਂ ਆਸਤਕ ਨਾਸਤਕ ਹੋ ਗਏ, ਤੁਸੀਂ ਦੁਨੀਆਂ ਦੇ ਕਿਸੇ ਹਿੱਸੇ ਵਿੱਚ ਵੀ ਰਹਿ ਸਕਦੇ ਆ, ਜੇ ਉੱਥੇ ਦਾ ਪ੍ਰਬੰਧ ਠੀਕ ਹੈ ਤੁਹਾਨੂੰ ਕੋਈ ਸਮੱਸਿਆ ਨਹੀਂ ਹੈ। ਪਰ ਸਭ ਤੋਂ ਅੱਜ ਦੇ ਸਮੇਂ 'ਚ ਖਤਰਨਾਕ ਹੈਗਾ ਰਾਸ਼ਟਰਵਾਦੀ ਹੋਣਾ। ਜੇ ਤੁਹਾਡੇ ਵਿੱਚ ਹਿੰਦੂ ਸਿੱਖ ਮੁਸਲਮਾਨ ਹੁੰਦੇ ਹੋਏ ਤੁਸੀਂ ਰਾਸ਼ਟਰਵਾਦੀ ਹੈ ਨਾ, ਫਿਰ ਉਹ ਤੋਂ ਜ਼ਿਆਦਾ ਖਤਰਨਾਕ ਕੋਈ ਨਹੀਂ, ਕਿਉਂਕਿ ਜਦੋਂ ਕੋਈ ਕਹਿੰਦਾ ਤੁਸੀਂ ਆਹ ਪੁਲਿਸ ਕਰ ਦਿਓ, ਸਿੱਖ ਵੱਧ ਕਰ ਦਿਓ, ਔਰ ਸਿੱਖ ਵੀ ਤਾਂ ਰਾਸ਼ਟਰਵਾਦੀ ਹੈਗੇ ਹੀ ਆ, ਮੁਸਲਮਾਨ ਵੀ ਰਾਸ਼ਟਰਵਾਦੀ ਬਣਦੇ ਹੀ ਆ, ਕੇਪੀਐਲ ਕੌਣ ਸੀਗਾ ਜਾਂ ਹੋਰ ਸਾਡੇ ਟੈਂਕ ਜਾਣ। ਇਹ ਦੇਖੋ ਜਿਹੜੀ ਮਾਨਸਿਕਤਾ, ਬੇਸ਼ੱਕ ਉੱਥੇ ਤੁਸੀਂ ਸਮਾਰਟ ਸਕੂਲ ਬਣਾ ਲਓ, ਜੋ ਮਰਜ਼ੀ ਡਰਾਮੇ ਕਰ ਲਓ, ਤੁਸੀਂ ਆਪਣੇ ਧਰਮਾਂ ਵਿਰੁੱਧ ਜਿੰਨਾ ਮਰਜ਼ੀ ਬੋਲੀ ਜਾਓ, ਜੋ ਮਰਜ਼ੀ ਗ੍ਰੰਥਾਂ ਦੇ ਉੱਪਰ, ਤੁਸੀਂ ਕਦੇ ਡੈਮੋਕਰੇਸੀ ਵੱਲ ਉਂਗਲੀ ਨਾ ਕਰੋ, ਕਿਉਂਕਿ ਰਾਸ਼ਟਰਵਾਦ ਜਿਹੜਾ ਆ ਉਹ ਡੈਮੋਕਰੇਸੀ ਜਿਹੜਾ ਇਹ ਪਖੰਡ ਆ ਨਾ, ਇਹੀ ਮਾਨਸਿਕਤਾ ਜਿੱਦਾਂ ਲੋਕਾਂ ਨੂੰ ਪਤਾ ਜਿਹੜੇ ਡੈਮੋਕਰੇਸੀ ਦੇ ਰਾਸ਼ਟਰਵਾਦ ਦੇ ਨਾਂ ਹੇਠ ਝੰਡਿਆਂ ਦੇ ਸੰਵਿਧਾਨਾਂ ਦੇ ਗੁਲਾਮ ਬਣ ਜਾਂਦੇ ਆ ਨਾ, ਉਹ ਸਭ ਤੋਂ ਵੱਡੀ ਗੁਲਾਮੀ ਆ। ਕਿਉਂਕਿ ਜਿਹੜਾ ਜਿਹੜੀ ਮਾਨਸਿਕਤਾ ਇਹਦੇ ਥੱਲੇ ਆ, ਜਿਹੜੀ ਅਖੌਤੀ ਵਿਕਾਸ ਆ ਜਾਂ ਅਖੌਤੀ ਸੰਵਿਧਾਨ ਆ, ਇਹਨਾਂ ਚੀਜ਼ਾਂ ਨੂੰ ਜਦੋਂ ਲੋਕ ਸਮਝ ਗਏ ਨਾ, ਫੇਰ ਸਮੱਸਿਆ ਦਾ ਹੱਲ ਆ। ਕਿਉਂਕਿ ਤੁਸੀਂ ਕਿਤੇ ਵੀ ਦੁਨੀਆਂ 'ਚ ਚਲੇ ਜਾਓ, ਇੱਥੇ ਸਾਡੇ ਨੇਟਿਵ ਰਹਿੰਦੇ ਆ, ਉਹਨਾਂ ਨੂੰ ਕਿਸੇ ਹਿੰਦੂ ਸਿੱਖ ਮੁਸਲਮਾਨ ਗੋਰੇ ਕਾਲੇ ਤੋਂ ਨਹੀਂ ਖਤਰਾ, ਉਹਨਾਂ ਨੂੰ ਰਾਸ਼ਟਰਵਾਦੀਆਂ ਤੋਂ ਖਤਰਾ, ਕਿਉਂਕਿ ਰਾਸ਼ਟਰਵਾਦੀ ਹੀ ਸਟੇਟ ਦੇ ਹੱਕ 'ਚ ਖੜਦੇ ਆ, ਰਾਸ਼ਟਰਵਾਦੀ ਹੀ। ਕਿਉਂਕਿ ਜੇ ਮੰਨ ਲਓ ਇੱਕ ਦੀ ਸਰਕਾਰ ਹੋਵੇ, ਸਪੋਜ਼ ਕਰੋ ਜੇ ਕਾਂਗਰਸ ਗਲਤੀ ਕਰਦੀ ਹੋਵੇ ਜਾਂ ਹਿੰਦੂ ਗਲਤੀ ਕਰਦਾ ਮੁਸਲਮਾਨ ਗਲਤੀ, ਫਿਰ ਤਾਂ ਦੂਜੀ ਪਾਰਟੀ ਆਉਣ ਤੇ ਉਹਨਾਂ ਨੂੰ ਫਾਹੇ ਲਾ ਦਿੱਤਾ ਜਾ ਸਕਦਾ ਹੈ। ਇੱਥੇ ਜੇ ਮੰਨ ਲਓ ਕਿਸੇ ਕੋਲ ਪੁਲਿਸ ਹੈ ਨਹੀਂ, ਕਿਸੇ ਕੋਲ ਅਧਿਕਾਰ ਨਹੀਂ, ਕੋਰਟਾਂ ਅਦਾਲਤਾਂ ਤਾਂ ਹੈਗੀਆਂ, ਉਹਨਾਂ 'ਚ ਟੰਗ ਸਕਦੇ ਆ। ਮੰਨ ਲਓ ਅੱਜ ਕੇਜਰੀਵਾਲ ਕਹੇ ਵੀ ਮੇਰੇ ਕੋਲ ਪੁਲਿਸ ਹੈ ਨਹੀਂ, ਮੇਰੇ ਕੋਲ ਅਦਾਲਤਾਂ ਤਾਂ ਹੈਗੀਆਂ। ਬਿਲਕੁਲ ਬਿਲਕੁਲ, ਧੰਨਵਾਦ ਜੀ, ਧੰਨਵਾਦ। ਇਹ ਜਿਹੜੇ ਰਾਸ਼ਟਰਵਾਦੀ, ਬਿਲਕੁਲ ਮੈਂ ਸਮਝ ਗਿਆ ਜੀ ਤੁਹਾਡੀ ਗੱਲ, ਕਿ ਇੱਕ ਸਮਾਂ ਜਾ ਰਿਹਾ ਰਾਸ਼ਟਰਵਾਦ ਹੋਣਾ ਵੀ ਤੁਹਾਡੇ ਵਾਲੀ ਗੱਲ ਬਹੁਤ ਹੀ ਸੀਰੀਅਸ ਮੈਟਰ ਹੈਗਾ। ਵਟਸਐਪ ਕਾਲ ਜੀ 9164 'ਤੇ ਹੈਲੋ, ਚਲੋ ਤੁਸੀਂ ਕਾਲ
ਸਾਡੀ ਹੋਲਡ ਕੀਤੀ ਹੋਈ ਹੈ ਜੀ, ਮੈਂ ਮਾਫ਼ੀ ਚਾਹੁੰਦਾ, ਕਾਲ ਹੋਲਡ ਨਾ ਕਰਿਆ ਕਰੋ, ਮੈਂ ਇੱਕਦਮ ਕਈ ਵਾਰੀ ਕਾਲ ਲੈਂਦਾ, ਸਮਾਂ ਬੜਾ ਹੁੰਦਾ ਜਾਂਦਾ ਜੀ। ਪੱਟੀ ਸਾਹਿਬ ਗੱਲ ਇਹਨਾਂ ਦੀ ਵੀ ਸਿਆਣੀ ਕਿ ਰਾਸ਼ਟਰਵਾਦੀ ਹੋਣਾ ਵੀ, ਕੱਟੜਪੰਥੀ ਦੀ ਗੱਲ ਕਰਦੇ ਜੀ, ਕੱਟੜਪੰਥੀ ਤਾਂ ਕਿਸੇ ਪਾਸੇ ਵੀ ਲੈ ਜਾਓ, ਖਤਰਨਾਕ ਹੀ ਖਤਰਨਾਕ ਹੈ। ਆਪਾਂ ਕਾਲ ਲੈ ਲਈਏ ਵਟਸਐਪ 'ਤੇ। ਸਤਿ ਸ਼੍ਰੀ ਅਕਾਲ ਜੀ, ਆਉਣੇਰੋ ਵਟਸਐਪ 'ਤੇ ਜੀ। ਸਤਿ ਸ਼੍ਰੀ ਅਕਾਲ, ਆਉਣੇਰੋ। ਹਾਂਜੀ ਦਾਨ ਸਾਹਿਬ, ਪੱਟੀ ਸਾਹਿਬ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਦਾਨੀਅਲ ਸਾਹਿਬ, ਪੱਟੀ ਸਾਹਿਬ, ਸਤਿ ਸ਼੍ਰੀ ਅਕਾਲ ਜੀ। ਭਾਈ ਸਾਹਿਬ ਸਤਿ ਸ਼੍ਰੀ ਅਕਾਲ, ਕੈਰੀ ਔਨ ਜੀ, ਕੈਰੀ ਔਨ, ਆਵਾਜ਼ ਆ ਰਹੀ ਹੈ ਜੀ ਤੁਹਾਡੀ। ਹਾਂਜੀ, ਚਲੋ ਪੱਟੀ ਸਾਹਿਬ, ਗੱਲ ਰਾਸ਼ਟਰਵਾਦ ਦੀ ਚੱਲਦੇ ਹਾਂ ਭਾਈ ਸਾਹਿਬ ਨੂੰ, ਕਿਉਂਕਿ ਫਤਿਹ ਆਪਣੀ ਉਹਨਾਂ ਦੀ ਆਵਾਜ਼ ਪੂਰੀ ਆ ਸੀ, ਕੋਈ ਉਹਨਾਂ ਦੀ ਪ੍ਰੋਬਲਮ ਸੀ ਜੀ। ਇਹ ਵੀ ਇੱਕ ਆਪਣੇ ਆਪ ਸਮੱਸਿਆ ਹੈ ਜਿਹੜੀ ਇੱਕ JNU ਜੀ, JNU ਯੂਨੀਵਰਸਿਟੀ ਨਾ ਦਿੱਲੀ ਵਿੱਚ ਜੀ, ਉਹ ਇੱਕ ਬੜੇ ਵਧੀਆ ਵਿਦਿਆਰਥੀ ਪੈਦਾ ਕਰਦੀ ਜੀ। ਬਿਲਕੁਲ, ਨਾਲ ਨੇਤਾ ਪੈਦਾ ਕਰਦੀ, ਬਰਬਾਦ ਕੀਤਾ। ਹਾਂਜੀ, ਨਾਲ ਨੇਤਾ ਵੀ ਪੈਦਾ ਕਰਦੀ ਸੀ, ਨਾਲ ਨੇਤਾ ਨਹੀਂ ਹਰ ਪ੍ਰਕਾਰ ਦੇ ਕਰਦੀ ਸੀ, ਅਫਸਰ ਵੀ ਪੈਦਾ ਕਰਦੀ ਸੀ, ਨੇਤਾ ਵੀ ਪੈਦਾ ਕਰਦੀ ਸੀ, ਬਹੁਤੇ ਨੇਤੇ ਉੱਥੋਂ ਪੜ੍ਹੇ ਨੇ, ਤੁਹਾਡੀ ਨਿਰਮਲਾ ਸੀਤਾਰਮਨ ਉੱਥੋਂ ਦੀ ਬਣੀ ਹੈਗੀ ਆ, ਉਹ ਸਾਰੇ ਪੈਦਾ ਕਰਦੀ ਸੀ। ਲੇਕਿਨ ਜਿਹੜੀ ਉਹਨਾਂ ਦੀ ਡਿਆਲੋ ਦੀ ਵਿਚਾਰ ਹੁੰਦੇ, ਉਹਨਾਂ ਦੀ ਨੈਸ਼ਨਲਿਸਟੀ ਵਾਰਤਵਾਦ ਦੀ ਸੀ ਵੀ ਨਹੀਂ ਵੀ ਅਸੀਂ ਨੇਸ਼ਨ ਦੀ ਗੱਲ ਕਰਨੀ, ਆਪਣੇ ਦੇਸ਼ ਦੀ ਗੱਲ ਕਰਨੀ ਜੀ। ਉਹਨਾਂ ਕੁਝ ਰਾਸ਼ਟਰਵਾਦ ਇੱਦਾਂ ਦਾ ਰਾਸ਼ਟਰਵਾਦ ਸੀ ਵੀ ਅਸੀਂ ਦੇਸ਼ ਭਗਤੀ ਦੀ ਗੱਲ ਕਰਨੀ। ਲੇਕਿਨ ਇਹਨਾਂ ਨੇ ਉੱਥੇ ਹੁਣ ਜਿਹੜੀ ABP ਵਾੜ ਕੇ ਜਿਸ ਤਰੀਕੇ ਨਾਲ ਉੱਥੇ ਗੁੰਡਾਗਰਦੀ ਮਚਾਈ, ਉਹ ਯੂਨੀਵਰਸਿਟੀ ਨੂੰ ਬਰਬਾਦ ਕਰਨ ਦਾ ਮਨਸੂਬਾ ਬਣਾਇਆ ਜਾਵੇ, ਉੱਥੋਂ ਰਾਸ਼ਟਰ ਕਿਸੇ ਬੰਦੇ 'ਚ ਕਿੱਥੋਂ ਪੈਦਾ ਕਰ ਲਓ ਜੀ, ਉਹ ਤਾਂ ਕੱਟਣਾ ਦੀ ਪੈਦਾ ਕਰੇਗੀ। ਇਹ ਇਹ ਪ੍ਰੋਬਲਮ ਸਾਨੂੰ ਉਦੋਂ ਦਾ ਗਣੀ ਜਿਹਦੇ 'ਚ ਸਾਡੇ ਲੋਕ ਚੰਗੀ ਤਰ੍ਹਾਂ ਪੜ੍ਹ ਲਿਖ ਨਹੀਂ ਜਾਂਦੇ। ਜਦੋਂ ਹਰ ਬੱਚਾ ਕੇਰਲਾ ਵਾਂਗੂ PhD ਹੋਊਗਾ ਨਾ, ਪੜ੍ਹਿਆ ਲਿਖਿਆ ਹੋਊਗਾ, ਉੱਥੇ 98% ਜਿਹੜੀ ਹੈ ਇਹ ਲਿਟਰੇਸੀ ਹੈਗੀ ਹੈ ਜੀ, ਤੇ ਜੇ ਜਦੋਂ ਇੰਨੀ ਹੋ ਗਈ ਤੇ ਫਿਰ ਸਾਨੂੰ ਬਹੁਤੀ ਪ੍ਰੋਬਲਮ ਨਹੀਂ ਆਉਣੀ, ਫਿਰ ਸਾਡਾ ਲਗਭਗ ਕਈ ਮਸਲੇ ਦਸ ਹੀ ਹੱਲ ਹੋ ਜਾਣੇ ਆ। ਤੇ ਪਰ ਇਹ ਵੀ ਅਫਸੋਸ ਆ ਵੀ ਜਿਹੜੇ ਕਹਿ ਦਿੰਦੇ ਵੀ ਵੇਖੋ ਜੀ ਆਹ ਜਿਹੜੀਆਂ ਅੱਜ ਚੱਲੀਆਂ ਜੀ ਸਰਜੀਆਂ ਸੁਰਜੀਆਂ ਸਾਡੇ ਤੇ, ਅੱਜ ਤੋਂ ਕਈ ਹਜ਼ਾਰ ਸਾਲ ਪਹਿਲਾਂ ਜਿਹੜੀਆਂ 3000 ਸਾਲ ਪਹਿਲਾਂ ਸਰਜਰੀ ਹੋ ਗਈ ਸੀ ਇੱਥੇ, ਜਦੋਂ ਹਾਥੀ ਦਾ ਚਰਨ ਲੱਗਦਾ ਸੀ ਵੀ ਗਣੇਸ਼ ਦਾ, ਉਹਨੂੰ ਸਰਜਰੀ ਕਰ ਦਿੱਤੀ ਸੀ। ਉਹ ਵੀ ਜਿਹੜੇ ਸਾਡੇ ਬੰਦੇ ਨੇ ਉਹ ਵੀ ਮੈਂ ਇਹਨਾਂ ਦੇ ਪੜ੍ਹੇ ਲਿਖੇ ਹੋਣ ਦੇ ਬਾਵਜੂਦ ਵੀ ਅਸੀਂ ਗੱਲਾਂ ਕਰਦੇ ਨਹੀਂ ਕਰਨੀ ਚਾਹੀਦੀ ਹੈ। ਜੇ ਤਰਕ ਦੀ ਗੱਲ ਹੋਈ, ਤਰਕ ਦੀ ਗੱਲ ਕਰੋ, ਮੈਂ ਕਹਿੰਦਾ ਵੀ ਜਿਹੜਾ ਧਰਮ ਆ ਤੁਹਾਨੂੰ ਸ਼ਰਧਾ ਤੇ ਵਿਸ਼ਵਾਸ ਦੀ ਵੀ ਗੱਲ ਕਰਦਾ, ਲੇਕਿਨ ਤਰਕ ਦੀ ਗੱਲ ਨਾਲ ਕਰੋ, ਤਰਕ ਕੀ ਇਹਨਾਂ ਸਾਨੂੰ ਕੀਤਾ। ਇਸ ਕਰਕੇ ਰਾਸ਼ਟਰਵਾਦੀ ਹੋਣਾ ਚੰਗਾ ਵਾ, ਮਾੜੀ ਗੱਲ ਨਹੀਂ, ਲੇਕਿਨ ਰਾਸ਼ ਕੱਟੜਵਾਦੀ ਵਾਸਤੇ ਜਿਹੜਾ ਹੋਣਾ ਉਹ ਮਾੜਾ ਵਾ, ਇੱਕ ਧਰਮ ਨਾਲ ਜੁੜ ਜਾਂਦੇ ਉਦੋਂ ਫਿਰ ਗੜਬੜ ਹੁੰਦੀ ਹੈ ਜੀ ਜੀ। ਸੋ ਬਹੁਤ ਬਹੁਤ ਤੁਹਾਡੇ ਡੋਨਲਡ ਟਰੰਪ ਨੇ ਜਿਹੜਾ ਸੀ ਤੁਹਾਡਾ CNN ਦਾ ਪੱਤਰਕਾਰ ਯਾਦ ਆ? ਹਾਂਜੀ, ਉਹਨੂੰ ਵੀ ਕਹਾਂ CNN ਦੇ ਪੱਤਰਕਾਰ ਜਿਹੜਾ ਹੈਗਾ ਸੀ ਉਹਦਾ ਨਾਂ ਸੀ ਐਕੋਸਟਾ, ਇਹ CNN ਦਾ ਪੱਤਰਕਾਰ ਸੀ ਜਿਹਦਾ ਇਹਨਾਂ ਨੇ ਉੱਥੋਂ ਵਾਈਟ ਹਾਊਸ ਦੇ ਵਿੱਚ ਜਿਹੜਾ ਸੀ ਅੰਦਰ ਕਵਰੇਜ ਕਰਨ ਤੋਂ ਜਿਹੜਾ ਸੀ ਪਾਸ ਰੱਦ ਕੀਤਾ ਸੀਗਾ, ਉਹ ਹੁਣ ਆਇਆ ਕਵਰੇਜ ਵਾਸਤੇ ਜੀ। ਉਹਨੇ ਸਵਾਲ ਪੁੱਛਿਆ ਉਹਨੂੰ ਪ੍ਰਭੂ ਸੱਤਾ ਦਾ ਵੀ ਪ੍ਰਭੂ ਸੱਤਾ ਜੀ ਤੁਸੀਂ ਗੱਲ ਕਰਦੇ ਕਾਹਦੀ ਹੁੰਦੀ ਹੈ, ਧਰਮ ਦੂਸਰਾ ਕਾਹਦੀ ਹੁੰਦੀ ਜੀ, ਉਹਦੇ ਤੇ ਉਲਝ ਗਿਆ ਉਹਨਾਂ ਨਾਲੋਂ ਸਭ ਉਲਝ ਗਿਆ ਜੀ। ਬੰਦੇ ਜਿਹੜੇ ਗੰਦੇ ਬੰਦੇ ਜੇ ਫਲਾਣੇ ਹੁੰਦੇ ਗੰਦੇ ਕਾਹਦੇ ਸੀ, ਸਵਾਲ ਦਾ ਜਵਾਬ ਦੇ, ਸਵਾਲ ਦਾ ਆਹੀ ਤਾਂ ਰੌਲਾ ਤਾਂ ਉੱਥੇ ਹੀ ਪੈਂਦਾ ਨਾ ਜੀ, ਸਾਨੂੰ ਸਵਾਲ ਦਾ ਜਵਾਬ ਦੇ ਤੁਸੀਂ। ਤੇ ਉਹਨੇ ਉਹਨੂੰ ਮਾੜਾ ਚੰਗਾ ਕਿਹਾ, ਉਹਨੇ ਉਹਨੂੰ ਮਾੜਾ ਚੰਗਾ ਕਿਹਾ, ਮੈਂ ਸੋਚਦਾ ਜੀ ਆਪਣਾ ਰੰਗ ਤੇ ਫਿਰ ਵਿਖਾਈ ਗਏ ਵੀ ਭਾਈ ਜੇ ਇਹੋ ਜਿਹੀ ਗੱਲ ਕੀਤੀ ਤੇ ਆਪਾਂ ਇੱਦਾਂ ਵੀ ਕਰ ਲੈਂਦੇ ਜੀ। ਸੋ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ, ਸ਼ੁਕਰੀਆ ਪੱਟੀ ਸਾਹਿਬ, ਮਿਹਰਬਾਨੀ। ਸੋ ਰੇਡੀਓ ਪੰਜਾਬ ਟੂਡੇ ਦੇ ਪ੍ਰੋਗਰਾਮ ਤੁਹਾਨੂੰ ਕਿਸ ਤਰ੍ਹਾਂ ਲੱਗਦੇ ਨੇ, ਇਹਨਾਂ ਦੇ ਵਿੱਚ ਹੋਰ ਕੀ ਤਬਦੀਲੀਆਂ ਕੀਤੀਆਂ ਜਾ ਸਕਦੀਆਂ ਨੇ, ਉਹ ਵੀ ਸਾਨੂੰ ਜ਼ਰੂਰਤ ਹੈ ਤੁਹਾਡੀਆਂ ਫੀਡਬੈਕਸ ਦੀ। ਪ੍ਰੋਗਰਾਮ ਹੁਣੇ ਸੁਣੋਗੇ ਜੀ GI ਨੂੰ। ਇਸ ਪ੍ਰੋਗਰਾਮ ਨੂੰ ਜੇਕਰ ਤੁਸੀਂ ਸਪੋਂਸਰ ਕਰਨਾ ਚਾਹੁੰਦੇ ਹੋ ਤਾਂ
ਤੁਹਾਡਾ ਭਰਪੂਰ ਸਵਾਗਤ ਹੈ ਜੀ। ਨਹੀਂ ਉਹ ਲੱਭਣੇ ਰੰਗ ਗੁਆਚੇ ਪ੍ਰੋਗਰਾਮ ਜਿਹੜਾ ਸੋਮਵਾਰ ਨੂੰ ਤੁਹਾਨੂੰ ਸੁਣਨ ਨੂੰ ਮਿਲਦਾ, ਉਹ ਸਾਂਝੇ ਤੌਰ ਦੇ ਉੱਤੇ ਬਾਈ ਭਰਪੂਰ ਸਿੰਘ ਜੀ ਬਰਾੜ ਬੇਕਰਸਫੀਲਡ ਵਾਲਿਆਂ ਨੇ, ਸਾਰੇ ਬੇਕਰਸਫੀਲਡ ਵਾਲੇ ਭਰਾ ਹੀ ਨੇ, ਭਰਪੂਰ ਸਿੰਘ ਬਰਾੜ ਮੱਲੇ ਵਾਲੇ, ਇੰਦਰਜੀਤ ਦਿਓਲ ਹੋਰੀ ਬ੍ਰਦਰਸ, ਅਤੇ ਕੁਲਵੰਤ ਬਰਾੜ, ਬਲਵੀਰ ਮਾਨਕ ਜਿਹੜੇ ਨੇ ਮੋਗਾ ਪੈਲੇਸ ਵਾਲੇ, ਬਾਈ ਬਲਵੀਰ ਸਿੰਘ ਉਸਮਾਨਪੁਰ, ਅਤੇ ਉਹਨਾਂ ਦੇ ਛੋਟੇ ਵੀਰ ਹਰਜਾਪ ਹੋਰੀ ਲੋਸਟ ਹਿਲ ਸਟੋਪ ਟਰੱਕ ਸਟੋਪ ਵਾਲੇ, ਇਹਨਾਂ ਨੇ ਉਹ ਸਾਂਝੇ ਤੌਰ ਦੇ ਉੱਤੇ ਸਪੋਂਸਰ ਕੀਤਾ ਹੋਇਆ। ਅਤੇ ਰੇਡੀਓ ਪੰਜਾਬ ਟੂਡੇ ਦੇ ਸਾਰੇ ਹੀ ਸਾਡੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ, ਜਿਹੜੇ ਹਮੇਸ਼ਾ ਹੀ ਰੇਡੀਓ ਪੰਜਾਬ ਟੂਡੇ ਦੀ ਮਦਦ ਕਰਦੇ ਰਹਿੰਦੇ ਨੇ, ਨਿਊਯਾਰਕ ਵਾਲੇ ਹੋਣ, ਯੂਬਾ ਸਿਟੀ ਵਾਲੇ ਹੋਣ, ਆਪਣੇ ਐਡਮਿੰਟਨ ਤੋਂ ਹੋਣ, ਕੈਲਗਰੀ ਤੋਂ ਹੋਣ, ਕਿਤੇ ਵੀ ਹੋਣ, ਸਾਰੇ ਵੀ ਰਲ ਮਿਲ ਕੇ ਜਿੰਨੇ ਵੀ ਮਦਦ ਕਰਦੇ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਸੋ ਮੈਨੂੰ ਹੁਣ ਸਵਰਨ ਸਿੰਘ ਦਰਨੇ ਵਾਲੀਆਂ ਨੂੰ ਦਿਓ ਇਜਾਜ਼ਤ, ਅਤੇ ਇੱਕ ਜੀ ਐਂ ਪ੍ਰੋਗਰਾਮ ਦੇ ਵਿੱਚ ਇੱਕ ਬਹੁਤ ਹੀ ਅੱਛੇ ਮਹਿਮਾਨ ਦੇ ਨਾਲ ਗੱਲਬਾਤ ਤੁਸੀਂ ਸੁਣੋਗੇ, ਅਤੇ ਉਹ ਗੱਲਬਾਤ ਤੁਹਾਨੂੰ ਇਸ ਪ੍ਰੋਗਰਾਮ ਤੋਂ ਤੁਰੰਤ ਬਾਅਦ ਸੁਣਨ ਨੂੰ ਮਿਲੇਗੀ। ਸੋ ਮੈਨੂੰ ਸਵਰਨ ਸਿੰਘ ਦਰਨੇ ਵਾਲੀਆਂ ਨੂੰ ਹੁਣ ਇੱਕ ਵਾਰ ਦਿਓ ਇਜਾਜ਼ਤ, ਮਿਲਦੇ ਹਾਂ ਕੱਲ੍ਹ ਨੂੰ।